ਜਸਟਿਸ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ, ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ। ਪੰਜਾਬ ਦੀ ਕੈਬਨਿਟ ਨੇ ਬੀਤੇ ਦਿਨੀ ਕਈ ਸਾਰੇ ਫੈਸਲੇ ਲਏ ਨੇ ਔਰ ਉਹਨਾਂ ਸਾਰੇ ਫੈਸਲਿਆਂ 'ਚੋਂ ਇੱਕ ਜਿਹੜਾ ਅਹਿਮ ਫੈਸਲਾ ਹੈ, ਜਿਸ ਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੀਤਾ ਪੰਜਾਬ ਦੇ ਨਾਲ ਇੱਕ ਵਾਅਦਾ ਜਿਹੜਾ ਹੈਗਾ ਉਸਨੂੰ ਪੂਰਾ ਕਰ ਦਿੱਤਾ ਹੈ। ਪੰਜਾਬ ਲੋਕਾਯੁਕਤ ਬਿੱਲ 2020 ਨੂੰ ਜਿਹੜਾ ਹੈਗਾ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। 1996 ਦੇ ਪੰਜਾਬ ਲੋਕਪਾਲ ਐਕਟ ਨੂੰ ਜਿਹੜਾ ਹੈਗਾ ਇਹ ਪਾਸ ਸਾਈਡ ਕਰ ਦੇਵੇਗਾ, ਇੱਕ ਪਾਸੇ ਕਰ ਦੇਵੇਗਾ। ਹੁਣ ਨਵਾਂ ਜਿਹੜਾ ਬਿੱਲ ਹੈਗਾ ਇਹ ਜਿਹੜਾ ਹੈਗਾ ਲਾਗੂ ਹੋਵੇਗਾ। ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਪੰਜਾਬ ਵਿੱਚ ਜਿਹੜਾ ਹੈਗਾ ਲੋਕਾਯੁਕਤ ਤਾਂ ਬਣਾਇਆ ਜਾਵੇਗਾ, ਪਰ ਅੱਜ ਦਾ ਸਵਾਲ ਜਿਸ 'ਤੇ ਅਸੀਂ ਚਰਚਾ ਕਰਾਂਗੇ ਕਿ ਪੰਜਾਬ ਵਿੱਚ ਲੋਕਾਯੁਕਤ ਕਿਸ ਖਿਲਾਫ਼ ਕਿੰਨਾ ਮਜ਼ਬੂਤ। ਲੋਕਾਯੁਕਤ ਦੀ ਚੋਣ, ਲੋਕਾਯੁਕਤ ਦੀ ਤੈਨਾਤੀ, ਕਦੋਂ ਕੀ ਕੁਛ ਹੋਵੇਗਾ, ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਨਾਲ ਨਾਲ ਦਿਖਾਈ ਜਾਵਾਂਗੇ, ਗ੍ਰਾਫਿਕਲੀ ਵੀ ਇੱਕ ਜਾਣਕਾਰੀ ਦੱਸੀ ਜਾਵਾਂਗੇ। ਪਰ ਸਵਾਲ ਜਿਹੜਾ ਜਿਸ 'ਤੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ, ਸਿੱਧਾ ਉਸ ਸਵਾਲ ਦਾ ਜ਼ਿਕਰ ਕਰਦੇ ਹਾਂ। ਲੋਕਾਯੁਕਤ ਬਿੱਲ ਦੇ ਨਾਲ ਕੈਪਟਨ ਨੇ ਪੰਜਾਬ ਦੇ ਨਾਲ ਕਿਹੜਾ ਵਾਅਦਾ ਪੂਰਾ ਕੀਤਾ ਹੈ, ਇਸ ਸਵਾਲ 'ਤੇ ਚਰਚਾ ਕਰਾਂਗੇ। ਲੋਕਾਯੁਕਤ ਬਿੱਲ ਜਿਹੜਾ ਹੈਗਾ, ਲੋਕਾਯੁਕਤ ਬਿੱਲ 2020 ਪੰਜਾਬ ਦਾ ਜਿਹੜਾ ਹੈਗਾ, ਉਸ ਦੇ ਨਾਲ ਕੈਪਟਨ ਨੇ ਪੰਜਾਬ ਦੇ ਨਾਲ ਕਿਹੜਾ ਵਾਅਦਾ ਪੂਰਾ ਕੀਤਾ ਔਰ ਕਿੰਨਾ ਪੂਰਾ ਹੋਇਆ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਖਾਸ ਪੈਨਲ ਮੌਜੂਦ ਹੈ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਡਾਕਟਰ ਪੀ ਐਲ ਗਰਗ ਸਾਹਿਬ ਮੌਜੂਦ ਨੇ, ਐਕਟੀਵਿਸਟ ਨੇ। ਗਰਗ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਸਾਡੇ ਨਾਲ ਗੁਰਮਨੀਤ ਸਿੰਘ ਮਾਂਗੜ ਸਾਹਿਬ ਮੌਜੂਦ ਨੇ, ਯੂਥ ਕਾਂਗਰਸ ਦੇ ਪ੍ਰਤੀਨਿਧੀ ਵਜੋਂ। ਮਾਂਗੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਜਗਤਾਰ ਸਿੰਘ ਸੰਘੇੜਾ ਸਾਹਿਬ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ, ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਅਰਸ਼ਦੀਪ ਸਿੰਘ ਕਲੇਰ ਸਾਹਿਬ ਸਾਡੇ ਨਾਲ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਤੋਂ। ਕਲੇਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਗੁਰਮਨੀਤ ਮਾਂਗੜ, ਹਾਂਜੀ, ਇਹ 1996 ਦਾ ਜਿਹੜਾ ਐਕਟ ਸੀਗਾ ਉਸ ਦੇ ਵਿੱਚ ਇਹੋ ਜਿਹੀ ਕਿਹੜੀ ਕਮੀ ਸੀਗੀ ਕਿ ਉਸਨੂੰ ਸਾਈਡ ਕਰਕੇ ਨਵਾਂ ਐਕਟ ਲੈਣਾ ਪਿਆ? ਦੇਖੋ ਚੌਹਾਨ ਸਾਹਿਬ, ਅਸੀਂ ਆਪਦੇ ਮੈਨੀਫੈਸਟੋ ਦੇ ਵਿੱਚ 2017 ਦੇ ਇਲੈਕਸ਼ਨ ਦੇ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਕੀਤਾ ਸੀਗਾ ਵੀ ਕਰਪਸ਼ਨ ਨੂੰ ਕਰਪ ਕਰਨ ਲਈ ਅਸੀਂ ਬਹੁਤ, ਸਾਡੇ ਪਾਰਟੀ ਬਹੁਤ ਸੀਰੀਅਸ ਨੋਟ 'ਤੇ ਐਫਰਟਸ ਲਏਗੀ। ਅਤੇ ਜਿਹੜੀਆਂ ਮੇਜਰ ਇਸ਼ੂਜ਼ ਸੀਗੇ ਕਿ ਉਸ ਲਾਅ ਦੇ ਵਿੱਚ ਕੁਛ ਫਲੋਅ ਸੀਗੇ ਜਿਹਦੇ ਵਿੱਚ ਦੇਖੋ ਉਹ ਕੜੀ ਆ ਕੇ ਬਿਊਰੋਕ੍ਰੇਸੀ ਤਾਂ ਇਹ ਰੁਕ ਜਾਂਦੀ ਸੀ, ਪੋਲੀਟੀਸ਼ੀਅਨਸ ਨੂੰ ਇੰਨਾ ਸਟਰੋਂਗਲੀ ਉਹ ਪਕੜ ਨਹੀਂ ਪਾਉਂਦੀ ਸੀ। ਅਤੇ ਇਹਦੇ ਰਾਹੀਂ ਅਸੀਂ ਜਿਹੜਾ ਨਵਾਂ ਐਕਟ ਲਿਆਂਦਾ ਹੈ ਇਹਦੇ ਰਾਹੀਂ ਸਾਡੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜੇ ਕੱਲ੍ਹ ਨੂੰ ਪਾਇਆ ਗਿਆ ਕਿ ਜਿਹੜਾ CM ਹੈਗਾ, ਮੰਤਰੀ MLA ਸੈੱਟ ਅਸਾਈਡ, ਜੇ ਈਵਨ ਇਫ ਦੀ CM ਇਜ਼ ਇਨਵੋਲਵਡ ਉਹਦੇ 'ਤੇ ਵੀ ਕਾਰਵਾਈ ਬਣਦੀ, ਜਿਹੜਾ ਸਾਡਾ ਲੋਕਾਯੁਕਤ ਹੈਗਾ ਉਹ ਐਕਸ਼ਨ ਲੈ ਸਕਦਾ ਲੈ ਸਕਦਾ ਹੈ ਜਦੋਂ ਵਿਧਾਨ ਸਭਾ ਉਸਨੂੰ 2/3 ਬਹੁਮਤ ਦੇ ਨਾਲ ਇਹ ਮਨਜ਼ੂਰੀ ਦੇ ਦੇਵੇਗੀ ਕਿ ਤੁਸੀਂ ਐਕਸ਼ਨ ਲੈ ਸਕਦੇ ਹੋ। ਔਰ ਅਜਿਹਾ ਸ਼ਾਇਦ ਹੀ ਕਦੇ ਕਿਸੇ ਇਤਿਹਾਸ ਵਿੱਚ ਹੋਇਆ ਹੋਵੇ ਕਿ ਕਿਸੇ ਸਰਕਾਰ ਨੇ ਆਪਣੀ ਮੁੱਖ ਮੰਤਰੀ ਦੇ ਖਿਲਾਫ਼ ਕਿਸੇ ਲੋਕਾਯੁਕਤ ਨੂੰ ਮਨਜ਼ੂਰੀ ਦਿੱਤੀ ਹੋਵੇ 2/3 ਬਹੁਮਤ ਦੇ ਨਾਲ। ਇਹ ਤੁਸੀਂ ਸਿੱਧਾ ਸਿੱਧਾ ਅੱਖਾਂ 'ਚ ਘੱਟਾ ਪਾ ਰਹੇ ਹੋ ਜਾਂ ਵੈਸੇ ਇੱਕ ਡੈਫੀਨੇਸ਼ਨ ਲੈ ਕੇ ਆ ਗਏ ਕਿ CM ਨੂੰ ਅਸੀਂ ਇਨਵੋਲਵ ਕਰ ਲਈ? ਨਹੀਂ ਨਹੀਂ, ਦੇਖੋ ਨਹੀਂ ਚੌਹਾਨ ਸਾਹਿਬ, ਦੇਖੋ ਐਂ ਹੈ ਵੀ ਜੇ CM ਕਿਸੇ ਚੀਜ਼ ਦੇ ਵਿੱਚ ਇਨਵੋਲਵ ਹੋਏਗਾ ਬਹੁਤ ਵੱਡਾ ਸਕੈਮ ਹੋਏਗਾ ਜੀ। ਉਹ ਮੈਂ ਆਪਦੀ ਪਾਰਟੀ ਦੀ ਨਹੀਂ ਗੱਲ ਕਰ ਸਕਦਾ, ਕੋਈ ਵੀ ਪਾਰਟੀ ਦਾ, ਕਿਸੇ ਵੀ ਪਾਰਟੀ ਦਾ ਜੇ ਕੋਈ ਮੁੱਖ ਮੰਤਰੀ ਅਮੈਂਡਮੈਂਟ ਕਰ ਦਵਾਂ, MLA ਤੇ ਮਿਨਿਸਟਰ ਦੇ ਲਈ ਵੀ ਸੇਮ ਹੀ ਲਾਈਨ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, CM ਦੇ ਲਈ ਨਹੀਂ। ਨਹੀਂ ਨਹੀਂ, ਤਾਂ ਫਿਰ ਉਹਨਾਂ ਦੇ ਉੱਤੇ ਵੀ ਤਾਂ ਵਾਚਡੌਗ ਅੱਖ ਰੱਖ ਹੀ ਰਿਹਾ ਨਾ। ਅਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਉਹ ਸੁਓਮੋਟੋ ਆਪਦੇ, ਮਤਲਬ ਜੇ ਕੋਈ ਕੰਪਲੇਂਟ ਨਾ ਵੀ ਕਰੇ ਤੇ ਉਹ ਆਪਦਾ ਐਕਸ਼ਨ ਲੈ ਸਕਦਾ ਹੈ। ਔਰ ਸੁਓਮੋਟੋ ਦੇ ਲਈ ਕੇਸ ਚਲਾਉਣ ਦੇ ਲਈ ਵੀ ਲੋਕਾਯੁਕਤ ਨੂੰ ਹਜੇ ਤੱਕ ਵੀ, ਜਿਹੜਾ ਤੁਹਾਡਾ ਪ੍ਰੈਸ ਰਿਲੀਜ਼ ਵੀ ਜਿਹੜੀ ਹੈਗੀ ਹੈ ਪਾਰਟੀ ਦੀ, CM ਦੀ ਪ੍ਰੈਸ ਰਿਲੀਜ਼ ਵੀ ਇਹੀ ਬਿਆਨ ਕਰਦੀ ਹੈ ਕਿ ਉਸਨੂੰ ਵਿਧਾਨ ਸਭਾ ਦੇ ਫੈਸਲੇ ਦੀ ਉਡੀਕ ਕਰਨੀ ਹੋਏਗੀ, ਉਸ ਫੈਸਲੇ ਤੋਂ ਬਿਨਾਂ ਉਹ ਕੋਈ ਕਦਮ ਨਹੀਂ ਚੁੱਕ ਸਕਦਾ। ਨਹੀਂ 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 ਜੀ, ਚੌਹਾਨ ਸਾਹਿਬ ਇੱਦਾਂ ਆ ਉਹ ਇੱਕ ਸਰਟਨ ਪੈਰਾਮੀਟਰਸ ਰੱਖੇ ਗਏ ਆ ਉਹਨਾਂ ਤੋਂ ਇਲਾਵਾ। ਔਰ ਜੇ ਗੱਲ ਇਹ ਹੈ ਵੀ ਇਹਦੇ ਵਿੱਚ ਵੀ ਆਰ ਈਵਨ ਟਰਾਇੰਗ ਟੂ ਪੁਆਇੰਟ, ਜੇ ਕੋਈ ਸਿਟਿੰਗ ਹਾਈਕੋਰਟ ਦੇ ਜੱਜ ਵੀ ਜੇ ਉਹਨੂੰ ਚੇਅਰ ਕਰਨ, ਠੀਕ ਹੈ, ਤਾਂ ਉਹਦੀ ਅਥੈਂਟਿਸਿਟੀ ਅਤੇ ਉਹਦੀ ਜਿਹੜੀ ਆਊਟਰੀਚ ਹੈਗੀ ਹੈ ਉਹ ਬੈਟਰ ਇਫੈਕਟਿਵ ਤਰੀਕੇ ਨਾਲ ਲਾਗੂ ਹੋ ਸਕਦੀ ਹੈ ਜੀ। ਹਾਂਜੀ, ਚੇਅਰ ਕਰਨ ਔਰ ਚੇਅਰ ਦੇ ਨਾਲ ਹੋਰ ਕੀ ਕੁਝ ਹੋਏਗਾ? ਸੰਘੇੜਾ ਸਾਹਿਬ, ਇਹ ਜਿਹੜਾ ਲੋਕਾਯੁਕਤ ਬਿੱਲ ਹੈਗਾ, ਦਿੱਲੀ ਵਿੱਚ ਜਦੋਂ ਲੋਕਪਾਲ ਆਇਆ ਤਾਂ ਲੋਕਾਂ ਨੇ ਕਿਹਾ ਕਿ ਜੋਕਪਾਲ ਹੈ, ਤਾਂ ਮਹਾਜੋਕਪਾਲ ਵੀ ਕਿਹਾ ਕੁਝ ਨੇ, ਤੁਹਾਨੂੰ ਇਹ ਲੱਗਦਾ ਕਿ ਲੋਕਾਯੁਕਤ ਵਾਕਈ ਮਜ਼ਬੂਤ ਹੈਗਾ ਪੰਜਾਬ ਦੇ ਵਿੱਚ? ਦੇਖੋ ਜੀ, ਲੋਕਾਯੁਕਤ ਜਿਹੜਾ ਇਹ ਬਣਾ ਰਹੇ ਇਹ ਅਸਲ 'ਚ ਰੋਕਾਯੁਕਤ ਹੈ। ਜਿਹੜੀ ਮਾੜੀ ਮੋਟੀ ਕਾਰਵਾਈ ਹੁੰਦੀ ਆ ਹੁਣ ਉਹ ਵੀ ਬੰਦ ਹੋ ਜਾਏਗੀ ਕਿਉਂਕਿ ਵਿਜੀਲੈਂਸ ਬਿਊਰੋ ਨੂੰ ਵੀ ਉਹਦੇ ਨੀਚੇ ਕਰ ਰਹੇ ਆ ਕੁਛ ਇਸ ਤਰ੍ਹਾਂ ਦਾ ਹੈਗਾ। ਬਾਕੀ ਮੈਂ ਇਹਦੇ 'ਚ ਦੋ ਤਿੰਨ ਗੱਲਾਂ ਹੋਰ ਕਹਿਣੀਆਂ ਚਾਹੁੰਦਾ। ਨੰਬਰ 1,
ਤਾਂ ਜਿਹੜਾ ਮਾਂਗਟ ਸਾਹਿਬ ਨੇ ਕਿਹਾ ਕਿ ਅਸੀਂ ਕਰਪਸ਼ਨ ਰੋਕਣ ਦਾ ਦਾਅਵਾ ਕੀਤਾ ਸੀਗਾ, ਆਈ ਮੀਨ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀਗਾ, ਇਹਦਾ ਮਤਲਬ 3 ਸਾਲ ਖੁੱਲ੍ਹੀ ਛੁੱਟੀ ਦੇ ਰੱਖੀ ਇਹਨੂੰ, ਇਹਦੇ ਲਈ ਤਾਂ ਕੋਈ ਫੰਡ ਦੀ ਲੋੜ ਨਹੀਂ ਸੀ, ਕੁਛ ਹੋਰ ਨਹੀਂ ਸੀ। ਹੁਣ 3 ਸਾਲਾਂ ਬਾਅਦ ਕਿਉਂ ਯਾਦ ਆ ਗਿਆ? ਕਿਉਂਕਿ ਹੋਰ ਸਾਰੇ ਪਾਸੇ ਇਹ ਫੇਲ ਹੋ ਚੁੱਕੇ ਆ, ਜਦ ਤੱਕ ਨਵਾਂ ਸ਼ੋਸ਼ਾ ਛੱਡ ਦਿੱਤਾ। ਹਾਂਜੀ, ਹੁਣ ਇਹ ਕਰਨਗੇ, ਫਿਰ ਉਹਦੀਆਂ ਟਰਮਸ ਐਂਡ ਕੰਡੀਸ਼ਨ ਤੈਅ ਕਰਨਗੇ, ਫਿਰ ਉਹ ਸਟਾਫ ਦੇਣਗੇ, ਕੁਛ ਇੱਦਾਂ ਕਰਦੇ ਕਰਾਉਂਦੇ, ਚੋਣਾਂ ਦੇ ਨੇੜੇ ਜਾ ਕੇ ਰੌਲਾ ਪਾ ਦੇਣਗੇ ਅਸੀਂ ਜੇ ਕਰਤਾ ਵੋ ਕਰਤਾ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਜਿਸ ਤਰ੍ਹਾਂ ਦੂਜੀ ਗੱਲ ਮਾਂਗਟ ਸਾਹਿਬ ਨੇ ਕਹੀ ਆ ਕਿ ਪੋਲੀਟੀਸ਼ਨ ਉਹਦੇ ਐਂਬਿਟ 'ਚ ਨਹੀਂ ਸੀ ਆਉਂਦੇ। 2002 ਤੋਂ 2005 ਤੱਕ ਕਾਂਗਰਸ ਸਰਕਾਰ ਸੀਗੀ ਪੰਜਾਬ ਦੇ ਵਿੱਚ, ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਹੋਰ ਕਈ ਮੰਤਰੀਆਂ ਨੂੰ ਬੁੱਕ ਕੀਤਾ। ਔਰ ਮੈਂ ਪਰਸਨਲੀ ਤੌਰ 'ਤੇ ਉਹ ਸਾਰੇ ਕੇਸ, ਮਤਲਬ ਮੈਂ ਕੋਈ ਕਿਸੇ ਅਫੀਸ਼ੀਅਲ ਕਪੈਸਿਟੀ 'ਚ ਨਹੀਂ ਦੇਖੇ, ਬੜੇ ਮਜ਼ਬੂਤ ਕੇਸ ਸੀਗੇ, ਬੜੇ ਮਜ਼ਬੂਤ ਕੇਸ ਸੀ। ਇਹਨਾਂ ਨੇ ਮੁੜ ਕੇ ਫੋਲੋ ਅਪ ਨਹੀਂ ਕੀਤਾ, ਸਿਆਸਤ ਹੀ ਕਰਦੇ ਰਹੇ ਆ। 5 ਸਾਲ ਪ੍ਰਕਾਸ਼ ਸਿੰਘ ਬਾਦਲ ਜੀ ਆਪਣੇ ਕੇਸਾਂ ਨੂੰ ਆਲਾ ਵਕੀਲਾਂ ਰਾਹੀਂ ਤਕਨੀਕੀ ਆਧਾਰ 'ਤੇ ਵੀ ਇਹਦੀ ਅਪਰੂਵਲ ਜਿਹੜੀ ਹੈ ਕੌਣ ਪ੍ਰਵਾਨਗੀ ਦੇ ਸਕਦਾ, ਕੇਸ ਚਲਾਉਣ ਦੀ ਕੌਣ ਨਹੀਂ ਦੇ ਸਕਦਾ, ਟੈਕਨੀਕਲ ਗੱਲਾਂ ਦੇ ਆਧਾਰ 'ਤੇ 5 ਸਾਲ ਨਿਕਾਲ ਹੈ, ਸਰਕਾਰ ਆ ਗਈ, ਗਵਾਹਾਂ ਨੂੰ ਮੁਕਰਾ ਕੇ ਮੈਨੇਜ ਕਰ ਲਿਆ। ਜਦੋਂ ਵਾਪਸ ਆ ਗਿਆ ਕੈਪਟਨ ਅਮਰਿੰਦਰ ਸਿੰਘ 'ਤੇ 2 ਕਰਪਸ਼ਨ ਦੇ ਕੇਸ ਦਰਜ ਹੋਏ, ਕਿਉਂ ਨਹੀਂ ਸੀ ਮੁੱਖ ਮੰਤਰੀ ਆ ਸਕਦੇ ਪਹਿਲਾਂ? ਬੜੇ ਮਜ਼ਬੂਤ ਕੇਸ ਕਰਪਸ਼ਨ ਦੇ, ਡਾਕੂਮੈਂਟਰੀ ਐਵੀਡੈਂਸ, ਹਾਂਜੀ, ਫਾਈਨੈਂਸ਼ੀਅਲ ਇੰਬੈਜ਼ਲਮੈਂਟ ਦੇ, ਦੂਸਰਾ ਤੀਸਰਾ ਸਾਰਾ ਕੁਛ ਸੀਗਾ। ਉਹ ਰਲ ਮਿਲਾ ਕੇ ਫਿਰ ਵਿਜੀਲੈਂਸ ਨੂੰ ਕਹਿਤਾ ਵੀ ਕੇਸ ਵਾਪਸ ਲੈ ਲੈ, ਜਦੋਂ ਐਂਡ 'ਤੇ ਪ੍ਰਕਾਸ਼ ਸਿੰਘ ਬਾਦਲ ਨਹੀਂ ਆ ਗਏ, ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਤਾ ਵੀ ਸੇਮ ਪੀਸ਼ਨ ਵਾਲੇ ਬੰਦੇ 'ਤੇ ਨਹੀਂ ਇੱਦਾਂ ਮੁਕੱਦਮੇ ਦਰਜ ਕਰੀਦੇ ਹੁੰਦੇ। ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਆ ਗਏ, ਤੁਹਾਡਾ ਕੀ ਖਿਆਲ ਆ 10 ਸਾਲ 'ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ 'ਚ ਕਰਪਸ਼ਨ ਨਹੀਂ ਹੋਈ? ਰੱਜ ਕੇ ਹੋਈ ਹੈ, ਡਿਸਪ੍ਰਪੋਰਸ਼ਨੇਟ ਐਸਟ ਕੇਸ ਬਣਦਾ ਆ, ਵਿਜੀਲੈਂਸ ਬਿਊਰੋ ਬਣਾਉਂਦੀ ਆ, ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ। ਕੋਈ ਵੀ ਪੁਰਾਣੇ ਮੰਤਰੀ ਮੈਂ ਦੱਸ ਦਿੰਦਾ ਜਿਹੜੇ 10 ਸਾਲ 'ਚ ਰਹੇ ਆ, ਜਾਂ ਮੈਂ ਹੁਣ ਵਾਲਿਆਂ ਦੇ ਮੈਂ ਦੱਸ ਦਿੰਦਾ, ਇਹਨਾਂ ਦੇ ਅਫਸਰ ਦੱਸ ਦਿੰਦਾ, ਸਾਰੇ ਨਹੀਂ ਮੈਂ ਕਹਿੰਦਾ, ਸਾਰੇ ਨਹੀਂ ਕਹਿੰਦਾ, ਵਿੱਚੋਂ ਹੈਗੇ ਆ। ਸੰਗਠਨ ਸਾਹਿਬ, ਮੇਰੇ ਸਵਾਲ ਦਾ ਇੱਕ ਪਾਰਟ, ਸੰਗਠਨ ਸਾਹਿਬ ਮੇਰੇ ਸਵਾਲ ਦਾ ਇੱਕ ਪਾਰਟ ਹੋਰ ਸੀਗਾ। ਹਾਂਜੀ, ਦਿੱਲੀ ਵਾਲਾ ਜਿਹੜਾ ਲੋਕਪਾਲ ਜੋਗਪਾਲ ਸੀਗਾ ਜਾਂ ਮਹਾਜੋਗਪਾਲ ਉਸਨੂੰ ਕਿਹਾ ਗਿਆ, ਕੀ ਉਸਦੇ ਪੈਰਲਲ ਇਸ ਨੂੰ ਰੱਖੇ ਦੇਖੀਏ ਉਹਦੇ ਨਾਲੋਂ ਬਿਹਤਰ ਹੈ, ਉਹਦੇ ਨਾਲੋਂ ਕਮਜ਼ੋਰ ਹੈ? ਮੈਂ ਉਹਦੇ 'ਤੇ ਵੀ ਆ ਜਾਣਾ, ਇਹਦੇ 'ਤੇ ਮੈਂ ਇੱਕ ਲਾਈਨ ਹੋਰ ਕਹਿਣੀ ਚਾਹੁੰਦਾ। ਇੱਕ ਤਾਂ ਤੁਸੀਂ ਇਹਨਾਂ ਨੂੰ ਕਹਿਤੀ ਕਿ 2/3 ਬਹੁਮਤ ਨਾਲ, ਦੂਸਰੀ ਗੱਲ ਇੱਕ ਹੋਰ ਬੜੀ ਉਹਨਾਂ ਨੇ ਡੇਂਜਰਸ ਪਾਈ ਹੈ, ਸ਼ਿਕਾਇਤ ਕਰਤਾ, ਜੇ ਸ਼ਿਕਾਇਤ ਝੂਠੀ ਪਾਈ ਜਾਵੇ ਸ਼ਿਕਾਇਤ ਕਰਤਾ ਵਿਰੁੱਧ ਕਾਰਵਾਈ, ਕਿਸੇ ਐਕਟ 'ਚ ਨਹੀਂ ਹੈ। ਵਿਸਲ ਬਲੋਅਰ ਨੂੰ ਪ੍ਰੋਟੈਕਟ ਕੀਤਾ ਜਾਂਦਾ ਆ, ਕਿਉਂਕਿ ਦੋਸ਼ ਸਾਬਤ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਆ, ਸ਼ਿਕਾਇਤ ਕਰਤਾ ਕਿਹੜਾ ਮੂਹਰੇ ਆਊਗਾ? ਠੀਕ, ਹਾਂਜੀ। ਬਾਕੀ ਰਹੀ ਤੁਸੀਂ ਦਿੱਲੀ ਦੀ ਗੱਲ, ਤੁਸੀਂ ਕਹਿੰਦੇ ਦਿੱਲੀ 'ਤੇ ਬਹਿਸ ਰੱਖ ਲਓ, ਫਾਰ ਦਾ ਟਾਈਮ ਬੀਂਗ ਮੈਂ 2 ਲਾਈਨਾਂ 'ਚ ਇਹੀ ਗੱਲ ਕਹਿਣੀ ਚਾਹੁੰਦਾ ਹਾਂ, ਅਸੀਂ ਪੂਰੀ ਕੋਸ਼ਿਸ਼ ਕੀਤੀ ਆ, ਉੱਥੇ ਕਰਪਸ਼ਨ ਰੋਕੀ ਵੀ ਆ, 62 ਸੀਟਾਂ ਨਾਲ ਲੋਕ ਸਾਨੂੰ ਮੈਂਡੇਟ ਦੇ ਚੁੱਕੇ ਆ। ਉਹ ਉੱਥੇ ਦਿੱਲੀ ਇੱਕ ਛੋਟੀ ਸਟੇਟ ਹੈ, ਔਰ ਉਹਦੇ ਵਿੱਚ ਸਾਡੇ ਕੋਲ ਪੁਲਿਸ ਵੀ ਹੈ ਨਹੀਂ ਕਿ ਹਰ ਇੱਕ ਚੀਜ਼ ਸਾਡੀ ਐਲ ਜੀ ਤੱਕ ਜਾਂਦੀ ਆ। ਈਵਨ ਐਂਟੀ ਕਰਪਸ਼ਨ ਬਿਊਰੋ, ਜਿਹੜੀ ਐਂਟੀ ਭ੍ਰਿਸ਼ਟਾਚਾਰ ਬਿਊਰੋ ਬਣਾਈ ਸੀ ABC, ਉਹਨੂੰ ਵੀ ਹਾਈਜੈਕ ਕਰ ਲਿਆ ਗਿਆ। ਸੋ ਅਸੀਂ ਜੋ ਕੁਛ ਉੱਥੇ ਕਰ ਸਕਦੇ ਸੀ, ਪਰ ਬਾਵਜੂਦ ਜੇ ਤੁਹਾਨੂੰ 62 ਸੀਟਾਂ ਉੱਥੇ ਮਿਲਦੀਆਂ ਨੇ, ਫਿਰ ਡਰ ਕਾਹਦਾ ਹੈ? ਫਿਰ ਵੀ ਇਹੀ ਐਕਸਕਿਊਜ਼ ਰਹਿ ਗਿਆ ਸਿਰਫ, ਕਿਹੜਾ ਐਕਸਕਿਊਜ਼? 62 ਸੀਟਾਂ ਤੁਹਾਨੂੰ ਮਿਲੀਆਂ ਨੇ ਚੋਣਾਂ ਵਿੱਚ, ਹਾਂਜੀ ਹਾਂਜੀ, ਫਿਰ ਵੀ ਇਹ ਐਕਸਕਿਊਜ਼ ਕਦੋਂ ਤੱਕ ਚੱਲੇਗਾ? ਵੀ ਪੁਲਿਸ ਸਾਡੀ ਨਹੀਂ ਹੈਗੀ, ABC ਸਾਡਾ ਨਹੀਂ ਹੈਗਾ। 1 ਮਹੀਨਾ ਤਾਂ ਹੋਇਆ, ਅਸੀਂ ਤਾਂ ਆਪਣੇ ਲੈਵਲ ਤੇ ਬੈਸਟ ਕਰੀ ਜਾ ਰਹੇ ਹਾਂ। ਠੀਕ ਹੈ, ਜਿਹੜੀ ਐਲਜੀ ਤੋਂ ਪਾਸ ਹੋਣੀ ਹੈ ਚੀਜ਼ ਐਲਜੀ ਤੋਂ ਹੋਣੀ ਹੈ, ਕਲੀਅਰ ਸਾਹਿਬ, ਜਿਹੜੀ ਪਾਰਲੀਮੈਂਟ ਜਾਣੀ ਹੈ ਪਾਰਲੀਮੈਂਟ 'ਚ ਕਲੀਅਰ ਸਾਹਿਬ। 3 ਸਾਲਾਂ ਤੱਕ ਰਿਲੈਕਸੇਸ਼ਨ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ, ਹੁਣ ਲੱਗਦਾ ਹੈ ਕਿ ਲਾਸਟ ਦੇ 2 ਸਾਲਾਂ ਸ਼ਿਕੰਜਾ ਕਸਣ ਦੀ ਤਿਆਰੀ ਕਰੀ ਹੈ ਸਰਕਾਰ? ਨਹੀਂ, ਮੈਂ ਪਹਿਲਾਂ ਇਹ ਗੱਲ ਕਲੀਅਰ ਕਰਦੇ ਹਾਂ ਕਿ ਜਿੱਦਾਂ ਸੰਘੇੜਾ ਸਾਹਿਬ ਨੇ ਕਿਹਾ ਕਿ ਜੀ ਅਮਰਿੰਦਰ ਸਿੰਘ ਜੀ ਨੇ ਕੇਸ ਬਣਾਤੇ, ਬੜੇ ਸਟਰੋਂਗ ਕੇਸ ਸੀ, ਮੁੜ ਕੇ ਟਾਈਮ ਨਿਕਲਿਆ, ਸਰਕਾਰ ਆ ਗਈ, ਗਵਾਹ ਮੁਕਰਾ ਤੇ। ਮੈਂ ਇੱਕ ਗੱਲ ਸੰਘੇੜਾ ਸਾਹਿਬ ਨੂੰ ਇਹ ਜ਼ਰੂਰ ਅਪਡੇਟ ਦੇ ਦਿਆਂ ਕਿ ਜਿਹੜੇ PC ਐਕਟ ਦੇ ਕੇਸ ਹੁੰਦੇ ਨੇ, ਇਹ ਹਮੇਸ਼ਾ ਤੁਹਾਡੀ ਨੋਨ ਸੋਰਸ ਤੋਂ ਇਨਕਮ ਅਤੇ ਤੁਹਾਡਾ ਜਿਹੜਾ ਐਕਸਪੈਂਡੀਚਰ ਹੈ ਉਹਨਾਂ ਦਾ ਡਿਫਰੈਂਸ ਉਹ ਡਿਸਪ੍ਰਪੋਰਸ਼ਨੇਟ ਹੈ। ਸੋ ਇਹਦੇ 'ਚ ਗਵਾਹਾਂ ਦਾ ਉੱਡਾ ਵੱਡਾ ਰੋਲ ਨਹੀਂ ਹੁੰਦਾ। ਅਗਰ ਤੁਹਾਡੀ ਇਨਕਮ ਨੋਨ ਸੋਰਸਿਸ ਤੋਂ ਇਨਕਮ ਹੈਗੀ ਹੈ ਅਤੇ ਜੋ ਤੁਹਾਡੇ ਕੋਲ ਜਾਇਦਾਦ ਹੈਗੀ ਹੈ ਅਗਰ ਉਹ ਮੇਲ ਖਾਂਦੀ ਹੈ, ਤਾਂ ਤੁਹਾਡੇ 'ਤੇ ਕੋਈ ਵੀ ਝੂਠਾ ਕੇਸ ਬਣਾ ਦੂ, ਕੋਰਟਾਂ 'ਚ ਤੁਸੀਂ ਜਾ ਕੇ ਬਰੀ ਹੋ ਜਾਓਗੇ। ਸੋ ਉਹੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਾਂ ਜੋ ਬਾਦਲ ਪਰਿਵਾਰ ਦੇ ਨਾਲ ਕੇਸ ਬਣਾਏ ਗਏ, ਜੋ ਬਾਦਲ ਪਰਿਵਾਰ ਉੱਤੇ, ਉਹਨਾਂ ਤੋਂ ਬਾਹਰ ਆਏ ਕਿਉਂਕਿ ਉਹ ਬਣਦੇ ਨਹੀਂ ਸੀ ਡਿਸਪ੍ਰਪੋਰਸ਼ਨਲ। ਹੁਣ ਮੈਰਿਟ ਤੇ ਕੇਸ ਚੱਲੇ ਕਿ ਹੋਏਗਾ? ਮੈਰਿਟਸ ਤੇ ਹੀ ਕੇਸ ਚੱਲੇ ਨੇ, ਐਂਡ ਦੇ ਵਿੱਚ ਜਾ ਕੇ ਬਰੀ ਹੋਏ ਨੇ। ਸੰਗੜਾ ਸਾਹਿਬ, ਮੇਰੀ ਗੱਲ ਸੁਣ ਲਿਓ, ਐਂਡ ਦੇ ਵਿੱਚ ਆ ਕੇ ਈਵਨ ਕਿ ਉਹ ਕੇਸ ਮੁੱਦੇ ਮੂੰਹ ਕੋਰਟਾਂ 'ਚ ਇਹ ਗਿਰੇ ਕਿ 2013 ਦੀ ਸਟੇਟਮੈਂਟ ਵੀ ਨਹੀਂ ਹੋਈ ਉਹਨਾਂ ਦੇ ਵਿੱਚ। ਕਲੀਅਰ ਸਾਹਿਬ, ਐਕਟ ਦੇ ਨਾਲ ਖੜੇ ਹੋ, ਜਿਹੜਾ ਅੱਜ ਐਕਟ ਪਾਸ ਕੀਤਾ ਗਿਆ ਹੈ ਉਹ ਬਿਲਕੁਲ ਹਲੇ ਐਕਟ ਤਾਂ ਪਤਾ ਨਹੀਂ ਪਾਸ ਹੋਣਾ ਕਿ ਜੋ ਕੈਬਨਿਟ ਵਿੱਚ ਲੈ ਕੇ ਆਏ ਨੇ। ਸੋ ਉਹਦੇ ਵਿੱਚ ਮੈਂ ਇੱਕ ਗੱਲ ਕਹਿ ਦਿਆਂ ਕਿ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕੀਤਾ ਜਾ ਰਿਹਾ, ਔਰ ਤੁਸੀਂ ਜਿਵੇਂ ਤੁਸੀਂ ਖੁਦ ਹੀ ਦੱਸ ਚੁੱਕੇ ਹੋ ਆਪਣੇ ਸਰੋਤਾਂ ਨੂੰ ਕਿ ਅਗਰ ਇੱਕ ਮੁੱਖ ਮੰਤਰੀ ਦੇ ਖਿਲਾਫ ਲੋਕ ਆਯੁਕਤ ਨੇ ਐਕਸ਼ਨ ਲੈਣਾ ਹੈਗਾ ਤਾਂ ਪਹਿਲਾਂ ਉਹਨੂੰ ਵਿਧਾਨ ਸਭਾ ਦੀ ਮਨਜ਼ੂਰੀ ਚਾਹੀਦੀ, ਉਹ ਵੀ 2/3 ਮੈਜੋਰਿਟੀ ਦੇ ਨਾਲ। ਉਹੀ ਕੇਸ MLA ਲਈ ਹੈ, ਉਹੀ ਕੇਸ ਮੰਤਰੀਆਂ ਲਈ ਹੈ, ਔਰ ਉਹਦੇ 'ਚ ਇੱਕ ਹੋਰ
ਆਈ ਥਿੰਕ ਇਟ ਇਜ਼ ਅਦਰ ਵੇ ਰਿਲੈਕਸੇਸ਼ਨ ਰਿਲੈਕਸੇਸ਼ਨ ਕਿਸੇ ਲਈ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਰਿਲੈਕਸੇਸ਼ਨ ਚਾਹੀਦੀ ਹੈ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ, ਇਹ ਲੋਕਾਂ ਦੀ ਅੱਖਾਂ 'ਚ ਘੱਟਾ ਨਾ ਪਾਓ। ਚਲੋ ਠੀਕ, ਇਹ ਜਿਹੜਾ ਲੋਕ ਬਿਲਕੁਲ ਹੀ ਬੇਕਾਰ ਬਿੱਲ ਹੈ, ਇੱਕ ਬ੍ਰੇਕ ਲੈ ਰਹੇ ਹਾਂ, ਬ੍ਰੇਕ ਵਾਲ ਨੂੰ ਵਾਪਸ ਆਵਾਂਗੇ। ਘੱਟਾ ਪਾਇਆ, ਬਿਲਕੁਲ ਬੇਕਾਰ ਬਿੱਲ ਹੈ ਸ਼੍ਰੋਮਣੀ ਅਕਾਲੀ ਦਲ ਲਈ ਕਹਿ ਰਿਹਾ, ਪਰ ਸ਼੍ਰੋਮਣੀ ਅਕਾਲੀ ਦਲ ਲਈ ਰਿਲੈਕਸੇਸ਼ਨ ਕਿਵੇਂ ਨਜ਼ਰ ਆਉਂਦੀ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਡਾਕਟਰ ਗਗਨ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬਿੱਲ ਦਾ ਅਸਲ ਵਿੱਚ ਕੁਝ ਇੰਪੈਕਟ ਨਜ਼ਰ ਆਉਂਦਾ ਹੈ ਜਾਂ ਸਿਰਫ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ। ਛੋਟੇ ਸਵਾਲ ਇੱਕੋ ਹੈਗਾ ਕਿ ਲੋਕ ਆਯੁਕਤ ਬਿੱਲ ਦੇ ਨਾਲ ਕੈਪਟਨ ਨੇ ਪੰਜਾਬ ਦੇ ਨਾਲ ਕਿਹੜਾ ਵਾਅਦਾ ਪੂਰਾ ਕੀਤਾ ਹੈ? ਡਾਕਟਰ ਗਰਗ, ਇਹ ਜਿਹੜਾ ਬਿੱਲ ਲੈ ਕੇ ਆਉਂਦੀ ਹੈ ਪੰਜਾਬ ਸਰਕਾਰ, ਲੈ ਕੇ ਆਈ ਹੈ, ਇਸ ਦੇ ਵਿੱਚ ਕੀ ਕੁਝ ਦਮਖਮ ਨਜ਼ਰ ਆਉਂਦਾ ਹੈ ਜਾਂ ਸਿਰਫ ਕਾਗਜ਼ਾਂ 'ਤੇ ਇੱਕ ਨਵੇਂ ਤਰੀਕੇ ਨਾਲ ਲੋਕ ਆਯੁਕਤ ਡਿਫਾਈਨ ਕਰਤਾ ਔਰ ਉਸਨੂੰ ਆਪਣੇ ਕਬਜ਼ੇ ਵਿੱਚ ਵੀ ਰੱਖ ਲਿਆ? ਮੈਨੂੰ ਤਾਂ ਐਂ ਲੱਗਦਾ ਵੀ ਬਲਕਿ ਜਿਹੜਾ 1996 ਦਾ ਐਕਟ ਸੀ ਉਹਨੂੰ ਡਾਇਲੂਟ ਕਰਿਆ ਗਿਆ। ਕਿਵੇਂ? ਇਹ ਕਹਿੰਦੇ ਜੀ ਅਸੀਂ ਲਿਆਂਦੇ, ਉਹਦੇ 'ਚ ਪਹਿਲਾਂ ਹੀ ਡਿਫਾਈਨਡ ਹੈ ਪਬਲਿਕ ਪਰਸਨ ਸੈਕਸ਼ਨ 2 ਦੇ ਅੰਡਰ ਡੈਫੀਨੇਸ਼ਨ 'ਚ ਪਬਲਿਕ ਪਰਸਨ ਕੌਣ ਆ ਉਹ ਦੱਸਿਆ, ਮਿਨਿਸਟਰ, ਮਿਨਿਸਟਰ ਦੀ ਗਾਂ ਡੈਫੀਨੇਸ਼ਨ ਦੱਸੀ ਹੈ, ਮਿਨਿਸਟਰ ਇਨਕਲੂਡਸ ਚੀਫ ਮਿਨਿਸਟਰ, ਇਹਦਾ ਮਤਲਬ ਪਹਿਲਾਂ ਹੀ ਉਹਦੇ ਅੰਡਰ ਨੇ। ਸੈਕਸ਼ਨ 10 ਦੇ ਅੰਡਰ ਦੱਸਿਆ ਕਿ ਕਿਵੇਂ ਉਹਦੇ 'ਤੇ ਐਕਸ਼ਨ ਹੋਣਾ। ਉਦੋਂ ਇਹ ਸੀ ਜੇ ਉਹਦੀ ਸ਼ਿਕਾਇਤ ਹੋ ਗਈ ਤਾਂ ਲੋਕਪਾਲ ਸੀ ਉਹ ਮੋਟਾ ਐਕਸ਼ਨ ਸ਼ੁਰੂ ਕਰ ਸਕਦਾ। ਅਤੇ ਹੁਣ ਕੀ ਹੈ, ਹੁਣ ਉਹਦੀ ਸ਼ਿਕਾਇਤ ਹੋਏਗੀ ਜਾਂ ਆਪੇ ਸੂਓ ਮੋਟੋ ਕੋਈ ਦੇਖੇ ਅਤੇ ਆਪੇ ਲੋਕਪਾਲ ਨੂੰ ਲੱਗੇ, ਪਰ ਉਹ ਜਿੰਨਾ ਚਿਰ 2/3 ਮਜੋਰਟੀ ਜੋ ਤੁਸੀਂ ਪਹਿਲਾਂ ਗੱਲ ਆ ਗਈ ਉਹਦੇ ਨਾਲ ਪਰਮਿਸ਼ਨ ਨਾ ਮਿਲੇ। ਦੂਜੀ ਗੱਲ ਕੀ ਹੈ, ਇੱਕ ਮੈਂ ਤੁਹਾਨੂੰ ਨਿੱਜੀ ਤਜਰਬੇ ਦੀ ਗੱਲ ਸੁਣਾਉਣਾ, ਇਹ 'ਚੋਂ ਨਿਕਲੂਗਾ ਕੀ ਆ ਜਿਹੜੀ ਉੱਥੇ ਕੰਟਰੋਵਰਸੀ ਦੋ ਸੱਜਣਾਂ ਦੀ ਹੋ ਰਹੀ ਸੀ। ਇੱਕ ਮੇਰੇ ਕੋਲ ਆਇਆ ਇੰਪਲਾਈ, ਮੈਨੂੰ ਕਹਿੰਦਾ ਜੀ ਮੈਨੂੰ ਵਾਰਨਿੰਗ ਦੇ ਦਿਉ ਇਸ ਕੇਸ 'ਚ ਜਾਂ ਕੋਈ ਸਜ਼ਾ ਦੇ ਦਿਓ ਛੋਟੀ ਮੋਟੀ। ਮੈਂ ਕੀ ਗੱਲ, ਤੂੰ ਇੰਨਾ ਕਾਲਾ ਕਿਉਂ ਪਿਆ ਵੀ ਸਜ਼ਾ ਦੇ ਦਿਓ? ਮੈਨੂੰ ਕਹਿੰਦਾ ਮੈਨੂੰ ਪਤਾ ਜੀ ਤੁਸੀਂ ਜਿੰਨਾ ਚਿਰ ਬੰਦੇ ਦਾ ਬਹੁਤ ਵੱਡਾ ਕਸੂਰ ਨਾ ਹੋਵੇ ਸਜ਼ਾ ਦੇ ਕੇ ਰਾਜੀ ਨਹੀਂ, ਉਹਨੂੰ ਉਈਂ ਸਿੱਧਾ ਕਰਕੇ ਰਾਜੀ ਹੋ ਅਤੇ ਜੇ ਕੋਈ ਹੋਰ ਆ ਗਿਆ ਮੈਨੂੰ ਐਵੇਂ ਪੁੱਠਾ ਟੰਗ ਦੇਣਾ, ਜੇ ਤੁਸੀਂ ਇੱਕ ਵਾਰੀ ਸਜ਼ਾ ਦੇ ਦਿੱਤੀ ਮੁੜ ਕੇ ਦੁਬਾਰਾ ਕੋਈ ਕੇਸ ਖੋਲ ਨਹੀਂ ਸਕਦਾ ਕੋਈ। ਇਹ ਹੁਣ ਇਹਨਾਂ ਨੇ ਕੀ ਕਰ ਲਿਆ ਕਿ ਜੀ ਜੇ ਇੱਕ ਪਾਸੇ ਇਨਕੁਆਇਰੀ ਸ਼ੁਰੂ ਹੋ ਗਈ ਦੂਜੇ ਨਹੀਂ ਕਰ ਸਕਦੇ। ਅੱਜ ਲੋਕਪਾਲ ਨੇ ਤਾਂ ਪਤਾ ਨਹੀਂ ਕਦ ਸ਼ੁਰੂ ਕਰਨੀ ਹੈ, ਉਹ ਵਿਜੀਲੈਂਸ ਤਾਂ ਸਰਕਾਰ ਦੇ ਹੱਥ 'ਚ ਹੀ ਹੁੰਦਾ ਜਾਂ ਕੋਈ ਹੋਰ ਏਜੰਸੀ, ਉਹਨੂੰ ਕਹਿਣਗੇ ਯਾਰ ਤੂੰ ਉਹਨੂੰ ਕਿੱਧਰ ਵਰਜੇ ਤੂੰ ਸ਼ੁਰੂ ਕਰ ਦੇ। ਮੈਂ ਕਹਿੰਦਾ ਉਦੋਂ ਪਹਿਲਾਂ ਵੀ ਉਹ ਕਹਿੰਦਾ ਅਸੀਂ ਸ਼ੁਰੂ ਕਰੀ ਹੋਈ ਹੈ ਜੀ, ਆ ਹੋਇਆ ਨਹੀਂ ਇੱਥੇ, ਕਿੰਨੇ ਵਾਰੀ ਹੁੰਦਾ ਜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਜੀ, ਪੁੱਛੋ ਕਿੱਥੇ ਕਰ ਰਹੇ ਹੋ ਜੀ, ਇਹ ਗੁਪਤ ਹੈ ਜੀ, ਇਹ ਨਹੀਂ ਦੱਸਣਾ ਜੀ, ਇਹ ਇਨਕੁਆਇਰੀ 'ਚ ਵਾਧਾ ਕ੍ਰੀਏਟ ਕਰੇਗਾ, ਇਹ ਆਬਸਟ੍ਰਕਸ਼ਨ ਕ੍ਰੀਏਟ ਕਰੇਗਾ। ਸੋ ਇਹ ਆਰਟੀਆਈ ਮੈਨੂੰ ਇਹ ਸਿਆਸੀ ਸੈਟਿੰਗ ਵੀ ਨਹੀਂ ਲੱਗਦੀ, ਅੱਖਾਂ ਧੋਣ ਦੀ ਗੱਲ ਹੈ, ਲੋਕਾਂ 'ਚ ਇੱਕ ਪ੍ਰਚਾਰ ਕਰਨਾ ਸੀ, ਆਪਣੇ ਸਿਆਸੀ ਭਾਈਵਾਲਾਂ ਦਾ ਸਾਰਾ ਸਿਆਸੀ ਭਾਈਵਾਲਾਂ ਨੂੰ ਬਚਾਉਣ ਦੀ ਗੱਲ ਹੈ ਇਹ, ਕਿਉਂਕਿ 2/3 ਮੈਜੋਰਟੀ ਦੇ ਨਾਲ ਨਾ ਆਪੋਜੀਸ਼ਨ ਦੇ ਵਿਰੁੱਧ ਕਦੇ ਪਾਸ ਹੋਣਾ ਅਤੇ ਨਾ ਰੂਲਿੰਗ ਦੇ ਵਿਰੁੱਧ ਪਾਸ ਹੋਣਾ, ਕਿਉਂਕਿ ਇੱਕੋ ਉਸ ਦੇ ਵਿੱਚ ਸਾਰੇ ਇੱਕੋ ਜਿਹੇ ਹੁੰਦੇ ਨੇ। ਅਤੇ ਉਹਦੇ ਵਿੱਚ ਇਹ ਗੱਲ ਪੱਕੀ ਹੈ ਕਿ ਉਹਨੂੰ ਸੁਣਾ ਵੀ ਦਿੰਦੇ ਵੀ ਪੜੋਸੀ ਕਿ ਜੋ ਹੋਊਗਾ ਤੂੰ ਆਪਣੇ ਵੀ ਜਾਣ ਵੀ ਅੱਜ ਫਿਰ ਤੇਰੀ ਵਾਰੀ ਆ, ਕਦੇ ਰਾਵਲ ਕੀਆਂ ਕਦੇ ਬਾਵਲ ਕੀਆਂ, ਸਾਡੇ ਪੰਜਾਬੀ 'ਚ ਆਮ ਹੀ ਕਹਿੰਦੇ ਨੇ। ਇੱਕ ਹੋਰ ਤੁਹਾਨੂੰ ਸੁਣਾ ਦਿੰਦਾ ਮੈਂ ਗੱਲ, ਇੱਕ ਮੁੱਖ ਮੰਤਰੀ ਨੇ ਬੜੇ ਗਿਆਨਵਾਨ ਸੀਗੇ ਬੜੇ ਉੱਚੇ ਅਹੁਦਿਆਂ 'ਤੇ ਰਾਸ਼ਟਰਪਤੀ ਰਹੇ ਨੇ ਦੇਸ਼ ਦੇ, ਉਹਨਾਂ ਨੇ ਅਕਾਲੀਆਂ ਦੇ ਮੁੱਖ ਮੰਤਰੀ ਨੂੰ ਕਿਹਾ ਵੀ ਦੇਖ ਗੱਲ ਸੁਣ ਤੈਨੂੰ ਪਤਾ ਵੀ ਸਾਧਨਾ ਕਿਉਂ ਕਸਾਈ ਬਣਿਆ ਸੀ? ਕਹਿੰਦੇ ਨਹੀਂ, ਕਹਿੰਦੇ ਉਹਨੂੰ ਨਾ ਜਿਹੜਾ ਸਾਧਨਾ ਸੀ ਜਿਹੜਾ ਬੱਕਰਾ ਸੀ ਉਹ ਹੱਸ ਪਿਆ ਅਤੇ ਬੱਕਰਾ ਹੱਸਿਆ ਅਤੇ ਸਰ ਨੇ ਪੁੱਛਿਆ ਕੀ ਗੱਲ ਹੱਸਿਆ ਕਿਉਂ ਆ? ਕਹਿੰਦਾ ਯਾਰ ਤੂੰ ਗੱਲ ਤੇਰਾ ਮੈਂ ਕਈ ਵਾਰੀ ਵੱਢਿਆ ਤੂੰ ਮੇਰਾ ਵੱਢਿਆ, ਉਹਨੂੰ ਅੰਡਕੋਸ਼ ਤੋਂ ਫੜ ਕੇ ਮਾਰ ਰਿਹਾ ਸੀ, ਕਹਿੰਦਾ ਤੂੰ ਆ ਨਵੀਂ ਭਾਜੀ ਨਾ ਨਾ ਪਾ, ਇਸ ਕਰਕੇ ਮੈਂ ਵੀ ਮੁੱਖ ਮੰਤਰੀ ਰਿਹਾ ਅਤੇ ਤੂੰ ਹੁਣ ਮੁੱਖ ਮੰਤਰੀ ਆਇਆ ਐਮਰਜੈਂਸੀ ਤੋਂ ਬਾਅਦ ਨਵੀਂ ਭਾਜੀ ਨਾ ਪਾਈ। ਸੋ ਇਹਨਾਂ ਨੇ ਆਪਸ 'ਚ ਭਾਜੀ ਉਹ ਕਰਨੀ ਹੁੰਦੀ ਹੈ ਉਦੋਂ ਜਿਹੜੇ ਜਿਸ ਵੇਲੇ ਨੋਰਮ ਪੋਲੀਟਿਕਸ ਦੇ ਬਹੁਤ ਉੱਚੇ ਸੀ ਅੱਜ ਦੇ ਮੁਕਾਬਲੇ, ਜੇ ਉਦੋਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਸੀ ਤੇ ਹੁਣ ਤਾਂ ਰਹਿਣੀ ਕੀ ਨੇ। ਹੁਣ ਜੇ ਕਿਸੇ ਦੇ ਕਦੇ ਕੇਸ ਬਣੇਗਾ ਸਿਰਫ ਪਰਸਨਲ ਖੁੰਦਕਬਾਜ਼ੀ 'ਚ ਬਣੇਗਾ, ਮੈਨੂੰ ਇਹ ਲੱਗਦਾ ਤੇ ਉਹ ਉੱਥੇ ਵਿਧਾਨ ਸਭਾ 'ਚ ਪਾਸ ਨਹੀਂ ਹੋਣਾ। ਸੋ ਇਸ ਕਰਕੇ ਸਿਆਸਤ ਨੂੰ ਬਿਲਕੁਲ ਇਹ 'ਚੋਂ ਬਾਹਰ ਕੱਢਣ ਦਾ ਤਰੀਕਾ ਬਣ ਗਿਆ। ਮਾਂਗੜ ਸਾਹਿਬ, ਹਾਂਜੀ, ਤੁਹਾਡੇ ਰਾਜ ਵਿੱਚ ਹੀ ਸੁਪਰੀਮ ਕੋਰਟ ਦੀ ਟਿੱਪਣੀ ਸੀ, CBI ਨੂੰ ਤੋਤਾ ਕਿਹਾ ਸੀ ਸੁਪਰੀਮ ਕੋਰਟ ਨੇ, ਹਾਂਜੀ, ਕਿ ਤੋਤੇ ਵਾਂਗ ਕੰਮ ਕਰ ਰਹੀ ਹੈ CBI, ਕੀ ਲੋਕਾਯੁਕਤ ਵੀ ਉਹੀ ਡੈਫੀਨੇਸ਼ਨ ਵਿੱਚ ਆਏਗਾ? ਦੇਖੋ ਇਹ ਸਾਰੇ ਜਿਹੜੇ ਹਾਲਾਤ ਨਜ਼ਰ ਆ ਰਹੇ ਇੱਦਾਂ ਆ ਚੌਹਾਨ ਸਾਹਿਬ, ਦੇਖੋ ਸੋਚਣ ਨੂੰ ਕੋਈ ਕੁਛ ਵੀ ਸੋਚੀ ਜਾਵੇ ਫਾਈਨ, ਆਪਾਂ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਨਹੀਂ ਜਨਰਲੀ ਗਰਗ ਸਾਹਿਬ, ਡਾਕਟਰ ਸਾਹਿਬ ਨੇ ਆਪਦੀ ਓਪੀਨੀਅਨ ਰੱਖਿਆ, ਠੀਕ ਹੈ, ਬੜੇ ਲਰਨਡ ਬੰਦੇ ਨੇ ਜੀ, ਸੰਘੇੜਾ ਸਾਹਿਬ ਨੇ ਵੀ ਆਪਦਾ ਤੱਤ ਰੱਖੇ, ਕਲੇਰ ਸਾਹਿਬ ਨੇ ਵੀ ਰੱਖੇ, ਗੱਲ ਇਹ ਹੈ ਵੀ ਇਹਨਾਂ ਨੇ ਆਪਦੇ ਤੱਤ ਰੱਖੇ, ਪਰ ਅਸੀਂ ਜਿਹੜਾ ਇਹ ਐਕਟ ਰੱਖਿਆ ਸਾਡੀ ਇੰਟੈਂਸ਼ਨ ਬੜੀ ਕਲੀਅਰ ਹੈ ਜੀ, ਅਸੀਂ ਹਰੇਕ ਉਹ ਸੰਭਵ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਜਿਹਦੇ ਨਾਲ ਪੰਜਾਬ 'ਚੋਂ ਕਰਪਸ਼ਨ ਖਤਮ ਹੋਵੇ, ਠੀਕ ਹੈ, ਇਹਦੇ ਲਈ ਅਸੀਂ ਮਤਲਬ ਸਮੇਂ ਸਮੇਂ 'ਤੇ ਹੋਰ ਵੀ ਜੇ ਇਹਦੇ ਵਿੱਚ ਜੇ ਸਾਡੀ ਸਰਕਾਰ ਦੇ ਰਹਿੰਦੇ ਕੋਈ ਹੋਰ ਵੀ ਸ਼ੋਧ ਕਰਨੇ ਪੈਣ
अब्बल तो मेरे ख्याल नाल इहदे विच शायद कोई शोध करन दी अगे लोड नहीं, पर जिहड़े शोध है वह समय के अनुसार इहदे विच कीते जा सकदे, मतलब जे जरूरत होए तो वह भी सरकार करेगी, क्योंकि करप्शन के लिए जीरो टॉलरेंस है जी। हाँ जी, तो ये हुण कोई ज उन्होंने ऐ लगता है, उन्होंने आने लगता है, तो जिहड़ी हकीकत है लगता नहीं है, ये तो रिटर्न है। नहीं नहीं सर, नहीं ड्राफ्ट तैयार कर रहे हो रिटर्न जड़िया गल्लां ने किस पासे इशारा कर रही ने, सोसाइटी में सोशलिज्म जो है वह कहता है कि सारे सारे जो करप्शन होंगी अपवर्ड्स टूअर्ड डाउनवर्ड जाती है, पैरामीटर जो है लीडर सैट करते हैं, लीडर के खिलाफ कार्रवाई के लिए विधानसभा की इजाजत लोक आयुक्त को लेनी पेगी, जी मिलती हुई नज़र नहीं आती, सीधे तौर पर नज़र नहीं आती, दो तिहाई बहुमत के नाल इजाजत मिलेगी जो कदे भी नहीं हो सकता, और जेकर अजिहा होंगे तो वह अपने आप में भ्रष्टाचार का फिर इन्ना वड्डा एग्जाम्पल क्रिएट होंगे कि वह दुनिया में कितने देखने को मिलता। देखो देखो जी, ये भी एक परस्पेक्टिव देखने का है, पर तुसी ये देखो जे लोकायुक्त को इन्ने एविडेंस होंगे तो एविडेंस विधानसभा दे विच कौन होंदे है जिन्हां नूं असीं आपदे नुमाइंदे बना के भेजदे हैं, कल्ली कांग्रेस दे तां है नहीं जी, आम आदमी पार्टी दे भी है, ठीक है, श्रोमणी अकाली दल दे भी है, ठीक है जी, दो तिहाई मेजोरिटी कित्थों दे हुए है, सवाल ये है, मेरी देखो इदां चौहान साहब, दो तिहाई मेजोरिटी दा मतलब की होएगा, अगे अगे ट्रांसपेरेंसी बहुत ज्यादा हो जानी है, ठीक है, कोई भी जे विधानसभा च रखा जाऊगा पब्लिक डोमेन च आ गई ओह गल, ते जे कोई भी सरकार या कोई भी विधायक उस चीज नू सपोर्ट नहीं करूगा, करप्शन दी सपोर्ट करूगा, ओदा वो अखीरला सेशन होगा, मतलब ओदे अखीरली टर्म होगी, तो तुसी इहनू ब्रॉडर ओदे नाल देखो, इहदे विच चाहे वह कांग्रेस का बंदा इनवॉल्व है, चाहे वह आम आदमी पार्टी का इनवॉल्व है, चाहे श्रोमणी अकाली दल का इनवॉल्व है, सो बेसिकली पंजाब दे फ्यूचर दी छोटा सवाल है। हाँ जी, किन्ने भ्रष्टाचारी आगू है जिन्हों का सियासी करियर तुसी खत्म होंदे देख लिया देश दे विच, दस दिओ। देखो चौहान, जिन्हां दे भ्रष्टाचार दे इल्जाम लगे और जिन्हां दा सियासी करियर खत्म होया होवे, देखो चौहान साहब इदां आ, असीं एक इनिशिएटिव लिया है जी करप्शन नूं खत्म करन दा, एक एग्जाम्पल सैट करन दी कोशिश कीती है जी, ठीक है जी, हुण जे गल उत्थे आ गई, जे 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 मेरी गल सुनो, सवाल ये है ना कि तुसी तुसी आजाद किन्ना छड़ रहे हो लोकायुक्त नूं, सवाल तो इस गल नूं लेके है सर, लोकायुक्त कोल पावर्स दे रहे हैं सिविल कोर्ट दियां, ठीक है ते पर वो सारी सिर्फ गवर्नमेंट एम्प्लॉई के लिए आ गई, गवर्नमेंट के विच प्राइवेट एम्प्लॉई लिए आ गई, जिहड़ा मेन सोर्स हैगा जिहड़ा जिहड़ा पैरामीटर सैट कर रहा है भ्रष्टाचार का, उहदे खिलाफ तो तुसी उसकी गर्दन जिहड़ी हैगी अपने हाथ विच फड़ी हुई है। नहीं 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 जी, इदां दी कोई गल नहीं जी, मेरी गल सुनो, जे उत्थे कोई सिटिंग जस्टिस होगा हाईकोर्ट का अपॉइंटेड, ठीक है, तो फिर इहदा तां तुसी सीधे क्वेश्चन मार्क ही पाता हाईकोर्ट के या साडे जुडिशरी के उत्ते क्वेश्चन, जुडिशरी के उत्ते क्वेश्चन नहीं है, परमिशन के उत्ते क्वेश्चन है, दो तिहाई बहुमत के नाल तुसी परमिशन दे दोगे, सवाल यह है चौहान साहब, जे प्रोविजन हैगी है उहदे विच तां बिल्कुल होगी, तो बेसिकली गल ए रखी क्यों गई है, इसे करके रखी गई है ताकि जे कोई गलत काम करदा ओनू विधानसभा च एक्सपोज किया जावे, जिहदे विच ਸਾਡਾ ਮੁੱਖ ਮੰਤਰੀ ਵੀ ਆਉਂਦਾ ਹੈ, ਸਾਡੇ ਮੰਤਰੀ ਵੀ ਆਉਂਦੇ ਆ, ਐਮਐਲਏ ਵੀ ਆਉਂਦੇ ਆ, ਲਾਈਨ ਕਲੀਅਰ ਕੀਤੀ ਉਸ ਨੂੰ ਸਪੋਰਟ ਕਰਨਾ ਤੁਹਾਡੀ ਡਿਊਟੀ ਬਣਦੀ ਹੈ। ਸੰਗੇੜਾ ਸਾਹਿਬ, ਜਿਹੜਾ ਤੁਸੀਂ ਦਿੱਲੀ ਵਿੱਚ ਐਗਜ਼ਾਮਪਲ ਸੈੱਟ ਕੀਤਾ, ਦੋ ਤਿਹਾਈ ਬਹੁਮਤ ਦੇ ਨਾਲ ਉੱਥੇ ਲੋਕਪਾਲ ਨੂੰ ਹਟਾਇਆ ਜਾ ਸਕਦਾ ਹੈ, ਔਰ ਇਹੀ ਲਾਈਨ ਸੀਗੀ ਜਿਸ ਕਰਕੇ ਦਿੱਲੀ ਦੇ ਲੋਕਪਾਲ ਨੂੰ ਮਹਾਜੋਗਪਾਲ ਕਿਹਾ ਗਿਆ ਸੀ, ਕੀ ਉਹ ਲਾਈਨ ਜਿਹੜੀ ਹੈਗੀ ਉਹ ਨਜ਼ੀਰ ਬਣ ਕੇ ਪੰਜਾਬ ਸਰਕਾਰ ਦੇ ਕੰਮ ਆ ਰਹੀ ਹੈ ਇਸ ਵੇਲੇ? ਨਹੀਂ ਦੇਖੋ, ਹੁਣ ਤੁਸੀਂ ਮਤਲਬ ਦਿੱਲੀ ਵਾਲੀ ਆਪਾਂ ਡਿਸਕਸ਼ਨ ਕਰ ਰਹੇ ਹਾਂ ਕਿ ਜਿਹੜਾ ਪੰਜਾਬ ਚ, ਦੋਵਾਂ ਦਾ ਕੰਪੈਰੀਜ਼ਨ ਹੋਏਗਾ, ਲੋਕਾਯੁਕਤ ਸਟੇਟ ਦੀ ਗੱਲ ਹੈ ਨਾ। ਲੋਕਾਂ ਨੂੰ ਪਤਾ ਲੱਗ ਜੂ ਵੀ ਫਲਾਣਾ ਬੰਦਾ ਕਰਪਸ਼ਨ ਕਰ ਰਿਹਾ, ਮੈਂ ਇੱਥੋਂ ਮੈਂ ਕਹਿ ਚੁੱਕਾ, ਮੈਂ ਤੁਹਾਨੂੰ ਦੱਸ ਸਕਦਾ ਕਰਪਸ਼ਨ ਕਿਹੜਾ ਕਰ ਰਿਹਾ, ਲੋਕਾਂ ਨੂੰ ਪਤਾ ਹੀ ਆ ਸੈਂਡ ਮਾਫੀਆ ਕੌਣ ਆਪਰੇਟ ਕਰ ਰਿਹਾ, ਲਿਕਰ ਮਾਫੀਆ ਕੌਣ ਆਪਰੇਟ ਕਰ ਰਿਹਾ, ਟਰਾਂਸਪੋਰਟ ਮਾਫੀਆ ਕੌਣ ਆਪਰੇਟ ਕਰ ਰਿਹਾ, ਤੁਸੀਂ ਮਾਂਗੜ ਸਾਹਿਬ ਕਿਸੇ ਵੀ ਤਹਿਸੀਲ 'ਚ ਚੱਲ ਪਾਓ ਮੇਰੇ ਨਾਲ, ਆਪਾਂ ਡੀਡ ਰਾਈਟਰ ਕੋਲ ਚੱਲਾਂਗੇ, ਹੈਂਜੀ, ਆਪਾਂ ਉੱਥੇ ਜਾ ਕੇ ਕਹਾਂ ਜੀ ਅਸੀਂ ਰਜਿਸਟਰੀ, ਮੈਂ ਪਲੋਟ ਵੇਚਿਆ ਜਾਂ ਮੈਂ ਜ਼ਮੀਨ ਵੇਚੀ, ਅਰਸ਼ਦੀਪ ਨੇ ਖਰੀਦੀ ਆ ਜੀ, ਇਹਦੇ ਕਾਗਜ਼ ਤਿਆਰ ਕਰਨੇ ਆ, ਉਹਨਾਂ ਨੇ ਤੁਹਾਨੂੰ ਸਲਿੱਪ 'ਤੇ ਇਸ ਤਰ੍ਹਾਂ ਲਿਖ ਕੇ ਦੇਣਾ ਆ, ਇੰਨੀ ਡਿਊਟੀ, ਇੰਨੀ ਉਹ ਦੂਸਰੀ ਉਹਦੀ ਫੀਸ, ਅਤੇ ਇੰਨਾ ਸਾਰਾ ਕੁਛ, ਇੰਨੇ ਤਹਿਸੀਲਦਾਰ ਦੇ ਪੈਸੇ, ਇੰਨੇ ਫਲਾਣੇ ਦੇ, ਲਿਖ ਕੇ ਦਿੰਦੇ ਆ ਸਲਿੱਪ, ਤੁਸੀਂ ਮੈਨੂੰ ਕੋਈ ਦੱਸਤਾ ਦਿਓ, ਕੁਛ ਆਫਿਸਰ ਹੋਣਗੇ ਓਨੈਸਟ, ਥਾਂ ਥਾਂ 'ਤੇ ਕਰਪਸ਼ਨ ਹੈ, ਲੋਕਾਂ ਨੂੰ ਤਾਂ ਪਤਾ ਹੈ, ਲੋਕਾਂ ਨੇ ਸਰੈਂਡਰ ਕਰਤਾ ਕਰਪਸ਼ਨ ਦੇ ਵਿਰੁੱਧ, ਲੋਕ ਹਰ ਥਾਂ ਜਿੱਦਾਂ ਪਰਸੈਂਟੇਜ ਟੈਕਸ ਦੀ ਅਸੀਂ ਦਿੰਦੇ ਹਾਂ, ਇੰਨੀ ਗਊ ਸੈਸਾ ਤਾਂ ਇੰਨਾ ਫਲਾਣਾ ਤਾਂ ਇੰਨਾ ਫਲਾਣਾ, ਉਸ ਤਰ੍ਹਾਂ ਦਾ ਲੋਕਾਂ ਤੋਂ ਪੈਸੇ ਉਗਰਾਹੇ ਜਾ ਰਹੇ ਆ, ਤੁਸੀਂ ਕਹਿ ਰਹੇ ਲੋਕਾਂ 'ਚ ਐਕਸਪੋਜ਼ ਹੋ ਜਾਏਗਾ, ਐਕਸਪੋਜ਼ ਤਾਂ ਤੁਹਾਡੀ ਸਰਕਾਰ ਹੋਈ ਹੋਈ ਆ,
तीन साल तुम करप्शन पर कुछ भी नहीं किया है ना। पहली सरकार ने रज के करप्शन की आ, तुम एक गमाडा के इंजीनियर तो बिना होर किसी विरुद्ध कार्रवाई नहीं की। उन्होंने अगे जो अगे खुलासे किए एडिया बड़िया रिपोर्टा तैयार हुई है, इरीगेशन स्कैम विजिलेंस ब्यूरो ने फड़िया एड्डी रिपोर्ट तैयार हुई है, वो तो तुम अगे नहीं चले है। तुम करप्शन रोकने का वादा किया, तीन साल तुम कुछ नहीं किया। जे कोई बंदा फड़े फड़ भी रहा विजिलेंस ब्यूरो ने उस बंद तक ही सीमित रह गई गल अगे क्यों नहीं गई। 2000 करोड़ का घोटाला है इरीगेशन डिपार्टमेंट का। हाँ जी, तो तुम कही हाइपोथेटिकल गल सारिया करी जा। क्लियर साहब, ये जो दो तिहाई बहुमत की गल आ रही है इस दे विच तां तुसीं भी आगे खड़े होंदे हो, नाल खड़ोगे कदे? मैं गगन जी जिवें मैं फिर दोबारा गल कह दिया कि एक्ट बनाउण दे विच नीयत देखो, गल इह नहीं कि खड़ना या नहीं खड़ना, गल इह हैगी कि तुसीं इक लॉ ही एडा वड्डा बनाउण जा रहे हो 2/3 मेजोरिटी जिहड़ी कि तुसीं इक तरां नाल लोक आयुक्त नूं अपने सामने कठपुतली बना के खड़ा कर लिया। तुसीं चाहे उत्थे किसी सिटिंग जज नूं बिठा दिओ, चाहे किसी रिटायर्ड जज नूं बिठा दिओ, जदों तुसीं परमिशन ही नहीं देनी 2/3 मेजोरिटी दे नाल किसी दे खिलाफ, तां लोक आयुक्त जिहड़ी पोस्ट हैगी उह वैसी टुथलैस हो जांदी है। सो यह तो कितने ना कि मैं गर्ग साहब की गल नाल पूरा सहमत हाँ कि जो पहला एक्ट से 1996 का उहनूं बिल्कुल डायल्यूट कर दिता गया और कितने ना कि अपने चीफ मिनिस्टर या जिहड़े बंदे नूं सिर्फ एक लोकां नूं दिखाण लिए, और हुण क्योंकि होर पासे सरकार फेल हो चुकी है, एक लोकां दे विच नवां शोशा कि जी असीं लोक आयुक्त बनाता, उस चीफ मिनिस्टर भी आ गए ने, उस मिनिस्टर भी आ गए ने जो कि पहलां ही सीगे। सो इह एक्ट दे विच मैनूं इह लगदा है कि लोकपाल जिहड़े हुण लोक आयुक्त बिल बना दिता गया उह अगे नालों भी उहनां दी पावर्स नूं बहुत घटा दिता गया। इनडायरेक्टली तुहाडे लीडर्स नूं भी सेव करता। मैं फिर दोबारा कह रहा कि सानू भी आम आदमी पार्टी दे भी सारे लीडर नु सेव करना, मैं उरे सेव करन दी गल ही नहीं हैगी। मैं कहना कि सानू ना सेव होने की लोड़ है, ना असी कोई पहला ऐसा काम कीता, ना असी कदे करना है। गल इह हैगी है कि जो मौजूदा सरकार कानून बना रही है इह सिर्फ लोकां दी अखां च घट्टा पाउण लई बना रही है। इह बिल्कुल उहदीआं पावरां नू जे कोई पहलां सीगीआं भी जिथे सुओ मोटो एक्शन हो सकदा सी, इन्हां ने उहदे उत्ते भी कुहाड़ी मारती, उहनू भी कटता और पेश इस तरीके नाल कीता जा रिहा कि असी पता नहीं किड्डा वड्डा मोर्चा मार लिया। चौहान साहब इक लाइन दी, इक लाइन मैं ऐड करनी चाहना, मांगड़ साहब विजिलेंस ब्यूरो पंजाब जिहड़ी आ बीके उपलो दे मुखी ने उही ने ना, तुसीं उहनां नूं फोन करके पुछ लियो किन्ने केस ने ट्रैप केस दे विच बंदा रंगे हथीं रिश्वत लैंदे फड़िया गया, चलान पेश करन तों पहलां डिपार्टमेंटल प्रवानगी मंगी, उत्थे तां 2/3 विधानसभा दी परमिशन भी नहीं चाहीदी, उह प्रवानगी नहीं दित्ती। किन्ने केस पेंडिंग आ जिहड़े फाइलां थल्ले दबके रह गए आ, इस तों इस करके जिहड़ा आ तुसीं 2/3 विधानसभा दी बहुमत आ, उह भी केस चलाउण लई चाहीदी आ। चौहान साहब मतलब केस चलणे नहीं देणा इहनां ने, केस चलण दे विच वी अगे तिलकणबाजी हुंदी आ, कोई बंदा छुटदा कोई हुंदा आ। मैं क्लियर साहब नूं दसणा चाहूंगा कि जिहड़ा स्टेट विजिलेंस ब्यूरो है ना जी, उह भी उहदे परव्यू दे विच आ गया है। ठीक है, जे जिहड़े इंटरा डिपार्टमेंट फ्लॉ सीगे जे इशूज जिहड़े ओह सीगे उहनां नूं ही काउंटर करन लई उहनूं उहदे एम्बिट दे विच मतलब परव्यू दे विच लिआंदा पिआ, तां कि इहो जी कोई भी चीज़ कोई भी शॉर्टकमिंग ना रहे। ठीक है, तुसीं तां कोई जे असीं छिक मार दईए तां तुहानूं तां तकलीफ हो जांदी है। साडी इंटेंशन देखो, क्लियर साहब ने कहता जी भी मतलब अक्खां दे विच कट्टा पाउण वाली गल है, काम कुछ हो नहीं रहा। क्लियर साहब क्यों नहीं हो रहा जी? सरकार 3 साल बाद जागदी है, 3 सालां तक किस किस नूं परमिशन दित्ती सरकार ने की कुछ करन दी? भ्रष्टाचार कि 3 सालां च बहुत ज्यादा हो गया, बिल्कुल नहीं होया कि सरकार एकदम फिर एक्शन लैंदी हुई नजर आती है, यह समझने की कोशिश करांगे। छोटा ब्रेक लै रहे, छेती वापस आ रहे हैं। सवाल एक पूछ रहे हैं कि लोकायुक्त बिल के नाल कैप्टन ने पंजाब के नाल केड़ा वादा पूरा किया है, सवाल का जवाब लभ रहे हैं। डॉक्टर गर्ग, ये सिनेरियो जिहड़ा हैगा जिस दे विच पंजाब सरकार ये बिल लैके आती है, इस सिनेरियो दे विच 3 सालां बाद एक तो सरकार बिल लैके आई है, हुण इस नूं असीं की समझिए कि 2022 की तैयारी हैगी है, 2022 विच किस तरीके नाल लोकां नूं ये दस्या जाएगा कि असीं केड़ा वादा पूरा किया है, क्योंकि बाकी वादा तो विरोधी धिर कई सारे सवाल चुकदी रही है, एक वादा दिखाण दे लिए कर दिता। गगन जी, जिहड़ी सब तो वड्डी गल है, एक तो जिहड़े बुलारे ने वो मतलब बड़ा दोष आरोपण कर, एक फैक्ट तुसीं खरों उन्होंने टोक भी दिता जी भी जिहड़ा फैक्ट लिखा हुआ है 1996 के एक्ट के विच, वो कहिंदे भी इन्हां दी आपदी मर्जी दी इंटरप्रिटेशन है, उत्थे लिखिया भी ये विच शामिल ने, वो कहन भी नहीं ਇਹਦੀ ਬਜਾਏ ਕਿ ਪੈਰਲਲ ਕਰਕੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹਦੇ ਜਾਂ ਦੋ ਬੁਲਾਰੇ, ਇਹ ਕਹਿਣ ਵੀ ਨਹੀਂ ਲਿਖਿਆ ਹੋਇਆ, ਦਿਖਾਓ ਕਿੱਥੇ ਲਿਖਿਆ, ਜੇ ਉਹ 10 ਸੈਕਸ਼ਨ 'ਚ ਲਿਖਿਆ ਹੈ ਇਹ ਕਹਿਣ ਵੀ ਨਹੀਂ ਲਿਖਿਆ। ਸਵਾਲ ਇਹ ਹੈ 18 ਪੇਜਾਂ ਦਾ ਹੁਣ ਅਗਲੀ ਗੱਲ, ਇਹ ਕਹਿਣ ਵੀ ਨਹੀਂ ਲਿਖਿਆ 2/3
ਹੁਣ ਇਹ ਕਹਿੰਦਾ ਜੀ ਵਿਜੀਲੈਂਸ ਨੂੰ ਅੰਡਰ ਲਿਆਂਦਾ ਇਸੇ ਕਰਕੇ ਕਿ ਵਿਜੀਲੈਂਸ ਦਾ ਇਹ ਕਹਿ ਰਿਹਾ ਕਿ ਸਾਨੂੰ ਮਹਿਕਮਾ ਪਰਮਿਸ਼ਨ ਦਿੰਦਾ। ਉਹ ਮਹਿਕਮਾ ਤਾਂ ਪਹਿਲੇ ਹੀ ਲੋਕ ਉਸਦੇ ਪਾਲ ਦੇ ਅੰਡਰ ਹੈ, ਜਿਹੜਾ ਮਹਿਕਮਾ ਸੈਕਟਰੀ ਆ ਉਹ ਮਿਨਿਸਟਰ ਹੈ, ਉਹ ਤਾਂ ਪਹਿਲਾਂ ਹੀ ਲੋਕਪਾਲ ਦੇ ਅੰਡਰ ਨੇ। ਜੇ ਵਿਜੀਲੈਂਸ ਨਹੀਂ ਵੀ ਸੀ, ਵਿਜੀਲੈਂਸ ਤਾਂ ਪਰਮਿਸ਼ਨ ਮੰਗ ਰਿਹਾ, ਵਿਜੀਲੈਂਸ ਰੋਕ ਨਹੀਂ ਰਿਹਾ। ਸੋ ਇਹ ਗੱਲਾਂ, ਇਹ ਤੋਂ ਇਹ ਪਤਾ ਲੱਗਦਾ ਵੀ ਅਸੀਂ ਇਹਨਾਂ ਚੈਨਲਾਂ 'ਤੇ ਬੈਠ ਕੇ ਵੀ ਲੋਕਾਂ ਨੂੰ ਤੱਥ ਦੱਸਣ ਦੀ ਬਜਾਏ ਅਸੀਂ ਆਪਦੀ ਗੱਲ ਪੋਲੀਟਿਕਸ ਕਹੋ ਆਪਦੀ, ਪਰ ਤੱਥਾਂ 'ਤੇ ਵੀ ਜੇ ਗੁੰਮਰਾਹ ਕਰਨ ਲੱਗ ਗਏ ਤਾਂ ਅਸੀਂ ਜਾਵਾਂਗੇ ਕਿੱਥੇ, ਮੁਲਕ ਜਾਏਗਾ ਕਿੱਥੇ? ਪਹਿਲੀ ਗੱਲ। ਦੂਜੀ ਗੱਲ, ਕਰਪਸ਼ਨ ਦੀ ਗੱਲ ਕਰਦੇ ਨੇ। ਮੈਡੀਕਲ ਐਜੂਕੇਸ਼ਨ ਛੋਟਾ ਜਿਹਾ ਮਹਿਕਮਾ, ਅੱਜ ਅਖਬਾਰ 'ਚ ਖਬਰ ਪੜ੍ਹ ਲਓ, ਇੱਕ ਕਾਲਜ ਦੀ ਫੀਸ ਆ 68 ਲੱਖ ਰੁਪਈਆ, ਅਕਾਲੀ ਕਰ ਗਏ। ਇਹਨਾਂ ਨੇ ਆ ਕੇ ਪਿਆ ਵੀ ਅਸੀਂ ਇਹਨੂੰ ਘਟਾ ਦੇਣਾ, ਇਹ ਐਕਟ ਫਲਾਣਾ ਹੋ ਗਿਆ, ਇਹ ਹੋ ਗਿਆ, ਵੋ ਹੋ ਗਿਆ। ਅੱਜ ਤੱਕ ਉਹਦੀ ਫੀਸ ਨਹੀਂ ਕਟਾਈ, ਅੱਜ ਵੀ ਪੀ ਜੀ ਦੀਆਂ ਫੀਸਾਂ ਛਪੀਆਂ ਨੇ, ਉਹਨੂੰ ਉਹਦੇ 'ਚ ਫਿਰ ਖੁੱਲ੍ਹਦਾ ਹੈ ਵੀ ਉਹ ਜਿੰਨੀ ਮਰਜ਼ੀ ਕਰ ਲਏ। ਤੁਸੀਂ ਹੱਦ ਹੋ ਗਈ ਹੈ, ਤੁਸੀਂ ਕਹਿੰਦੇ ਅਸੀਂ ਕਰਪਸ਼ਨ ਰੋਕਾਂਗੇ, ਤੁਸੀਂ MD ਕਰਨ ਤੱਕ ਜੇ 1.25 ਕਰੋੜ ਰੁਪਈਆ ਤਕਰੀਬਨ ਕਰੋੜ ਤੋਂ ਉੱਪਰ ਫੀਸ ਬਣਾਤੀ ਹੈ ਤਾਂ ਉਦੋਂ ਅੱਗੇ ਹੋਰ ਖਰਚੇ ਪੈਣੇ ਨੇ, ਅਤੇ ਉਹ ਤੁਹਾਨੂੰ ਡਾਕਟਰ ਸੇਵਾ ਕਰੇਗਾ? ਅੱਜ ਤੁਸੀਂ ਡਿਗਰੀ ਕਰੀਏ ਇਹ, ਤੁਸੀਂ ਉਹਨੂੰ ਬੰਦ ਨਹੀਂ ਕਰਿਆ, ਔਰ ਤੁਸੀਂ ਹਰ ਵਾਰੀ 2017 'ਚ 18 'ਚ 19 'ਚ ਸਟੇਟਮੈਂਟ ਦਿੰਦੇ ਰਹੇ। ਹੁਣ ਮੈਂ ਕਿਉਂ ਕਹਿਣਾ? ਫਿਰ ਇਹ ਕਹਿਣਗੇ ਸਟੇਟਮੈਂਟ ਦੇਣ ਦਾ ਮਤਲਬ ਕੀ ਹੁੰਦਾ? ਜਦ ਮਿਨਿਸਟਰ ਸਟੇਟਮੈਂਟ ਦੇਵੇ ਕਿ ਮੈਂ ਚੀਨੀ ਬਾਹਰੋਂ ਮੰਗਾ ਲੈਣੀ ਹੈ, ਇਹਦਾ ਮਤਲਬ ਇਹ ਹੈ ਚੀਨੀ ਮਿਲਾਂ ਵਾਲੇ ਉਹਦੇ ਕੋਲ ਪਹੁੰਚ ਜਾਣ ਵੀ ਜਨਾਬ ਸਾਡਾ ਭਾਅ ਗਿਰ ਜੂਗਾ। ਜਿੱਦੇ ਉਹ ਕਹਿੰਦਾ ਵੀ ਮੈਂ ਐਕਸਪੋਰਟ ਅਲਾਓ ਕਰ ਦੇਣੀ ਹੈ, ਉਦੋਂ ਵੀ ਕੋਈ ਗੱਲ ਹੈ ਵੀ ਸਾਡੇ ਭਾਅ ਚੜ ਜਾਣਗੇ। ਠੀਕ ਹੈ, ਇਹ ਸਟੇਟਮੈਂਟਾਂ ਫਰਕ ਪਾਉਂਦੀਆਂ ਨੇ। ਜਦ ਤੁਸੀਂ ਸਟੇਟਮੈਂਟ ਕਹਿੰਦੇ ਵੀ ਅਸੀਂ ਐਂ ਕਰਾਂਗੇ, ਉਹਦੀ ਲੋਕ ਤੁਰ ਪੈਂਦੇ ਨੇ ਵੀ ਯਾਰ ਇਹ ਤਾਂ ਕੰਮ ਖਰਾਬ ਹੋ ਗਿਆ। ਇਹ ਅਕਾਲੀਆਂ ਵੇਲੇ ਵੀ ਹੁੰਦਾ ਆ, ਇਹਨਾਂ ਵੇਲੇ ਵੀ ਹੁੰਦਾ ਆ। ਐਜੂਕੇਸ਼ਨ ਦਾ ਐਡਾ ਬੜਾ ਸਕੈਮ ਜਿਹੜਾ ਸੀ ਉਹ ਤਾਂ ਅਖਬਾਰਾਂ 'ਚ ਵੀ ਛਪ ਚੁੱਕਿਆ। ਇਹਨਾਂ ਨੇ ਜਿਹੜਾ ਐਕਸ਼ਨ ਲੈ ਲੈਣ, ਇੱਕ ਵੀ ਦੱਸ ਦੇ ਨਹੀਂ ਇਨੀਸ਼ੀਏਟ ਕਰਿਆ। ਅਗਲੀ ਗੱਲ, ਜਿੱਥੇ ਅਕਾਲੀਆਂ ਦੀ ਕੈਬਨਿਟ ਸੀ ਉਹਨੂੰ ਕੈਬਨਿਟ ਨੂੰ ਗੁੰਮਰਾਹ ਕਰਿਆ ਗਿਆ, ਇਨਕੁਆਇਰੀਆਂ ਹੋ ਗਈਆਂ ਵੀ ਹਾਂ ਕੈਬਨਿਟ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਸਰਕਾਰ ਦੇ ਉੱਤੇ ਬਰਡਨ ਪਾਇਆ ਗਿਆ ਹੈ ਝੂਠ ਲਿਖ ਕੇ। ਠੀਕ ਹੈ, ਨਾ ਤਾਂ ਅਕਾਲੀਆਂ ਨੇ ਕੋਈ ਐਕਸ਼ਨ ਲਿਆ, ਨਾ ਕਾਂਗਰਸੀਆਂ ਨੇ ਲਿਆ। ਇਹ ਕਹਿੰਦੇ ਅਸੀਂ ਕਰਪਸ਼ਨ ਦੂਰ ਕਰ ਰਹੇ ਹਾਂ, ਬਲਕਿ ਉਹਨਾਂ ਨੂੰ ਰੀਅਪੁਆਇੰਟਮੈਂਟ ਇਹ ਉਹ ਬਹੁਤ ਕੁਛ ਦੇਈ ਜਾਂਦੇ ਨੇ। ਸੋ ਜਦ ਇਹ ਕਹਿਣਾ ਨਾ, ਇਹ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਗੱਲ ਹੁੰਦੀ ਹੈ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ। ਲੋਕਾਂ ਨੂੰ ਅਸੀਂ ਅਜੇ ਪਿੱਛੇ ਲਗ ਲਾਤਾ ਵੀ ਜੋ ਲੀਡਰ ਆ ਕੇ ਕਹਿੰਦਾ ਆਪਾਂ ਮੰਨ ਲਓ ਲਾਲਾ ਕਰਕੇ ਵੀ ਹਾਂ ਇਹੀ ਠੀਕ ਹੈ ਇਹੀ ਠੀਕ ਹੈ। ਸੋ ਸਾਡੀ ਅੱਜ ਲੋੜ ਕੀ ਹੈ? ਦੁਖਾਂਤ ਕੀ ਹੈ ਪੰਜਾਬ ਦਾ? ਵੈਸੇ ਤਾਂ ਮੁਲਕ ਦਾ ਹੀ ਦੁਖਾਂਤ ਹੈ, ਦੁਖਾਂਤ ਪੰਜਾਬ ਦਾ ਇਹ ਹੈ ਕਿ ਪੰਜਾਬ ਚੌਤਰਫੇ ਸੰਕਟ 'ਚ ਘਿਰ ਗਿਆ। ਇਹਦੇ ਵਿੱਚ ਪੋਲੀਟੀਕਲ ਲੀਡਰਸ਼ਿਪ ਹੈ ਜਿਹੜੀ ਸਾਡੀ, ਕਿਉਂਕਿ ਮੈਂ ਬਿਊਰੋਕਰੇਸੀ ਨੂੰ ਲੀਡਰਸ਼ਿਪ ਹੀ ਨਹੀਂ ਮੰਨਦਾ ਵੱਡੀ, ਕਿਉਂਕਿ ਉਹਦੇ ਉੱਥੇ ਥੱਲੇ ਆ ਟੈਕਨੀਕਲ ਬਿਊਰੋਕਰੇਸੀ ਬਦਲ ਸਕਦੇ ਆ। ਪੋਲੀਟੀਕਲ ਲੀਡਰਸ਼ਿਪ ਸਾਡੀ ਦੇ ਕੋਲ ਸਾਰੀਆਂ ਪਾਰਟੀਆਂ ਕੋਲ ਅਜੇ ਤੱਕ ਉਨਾ ਥਾਟ ਪ੍ਰੋਸੈਸ, ਉਨਾ ਬਰੋਡ ਵਿਜ਼ਨ, ਕਿਉਂਕਿ ਪੋਲੀਟੀਕਲ ਲੀਡਰਸ਼ਿਪ ਦਾ ਇੱਕ ਵਿਜ਼ਨ ਦੀ ਲੋੜ ਹੈ। ਪੰਜਾਬ ਦਾ ਵਿਜ਼ਨ ਇਸ ਦਲਦਲ 'ਚੋਂ ਪੰਜਾਬ ਨੂੰ ਕਿਵੇਂ ਕੱਢਣਾ ਹੈ? ਨਾ ਤਾਂ ਉਹ ਇਹਨਾਂ ਕੋਲ ਵਿਜ਼ਨ ਹੈ ਅਤੇ ਨਾ ਇਹਨਾਂ ਦੀ ਉਹ ਇੱਛਾ ਸ਼ਕਤੀ ਹੈ। ਇਸ ਕਰਕੇ ਇਹ ਸਾਰੇ ਇੱਕ ਦੂਜੇ ਦੇ ਨਾਲ ਦੋਸ਼ਾਰੋਪਣ, ਦੂਜੇ ਨੂੰ ਦੂਜਾ, ਦੂਜੇ ਨੂੰ ਦੂਜਾ ਕਹਿਣ ਦੀ ਕੋਸ਼ਿਸ਼ ਕਰਦੇ ਨੇ। ਪੰਜਾਬ ਨੂੰ ਇਸ 'ਚੋਂ ਬਾਹਰ ਕੱਢਣ ਦੀ ਇਹ ਨਹੀਂ ਕੋਸ਼ਿਸ਼ ਕਰਦੇ। ਇਹ ਮੈਨੂੰ ਲੱਗਦਾ ਵੀ ਆਪਦੇ ਅਹੁਦਿਆਂ ਦੇ ਮੇਚ ਦੇ ਨਹੀਂ ਰਹੇ, ਆਪਦੇ ਅਹੁਦਿਆਂ ਅਹੁਦੇ ਵੱਡੇ ਨੇ, ਇਹਨਾਂ ਕੋਲ ਜ਼ਿੰਮੇਵਾਰੀਆਂ ਵੱਡੀਆਂ ਨੇ, ਪਰ ਮੈਨੂੰ ਲੱਗਦਾ ਵੀ ਇਹਨਾਂ ਦਾ ਕੱਦ ਸ਼ਾਇਦ ਉਦੋਂ ਛੋਟਾ, ਉਹ ਤੋਂ ਛੋਟਾ ਹੋ ਗਿਆ। ਮੰਗੜ ਸਾਹਿਬ, ਹਾਂਜੀ, ਸਿਲੈਕਸ਼ਨ ਕਮੇਟੀ ਦੀ ਇੱਕ ਗੱਲ ਹੋਈ ਹੈ ਇਸ ਪੂਰੇ ਖਰੜੇ ਦੇ ਵਿੱਚ, ਜਿਹੜਾ ਬੇਸਿਕ ਜੀ ਆਈ ਹੈ ਕਿ ਜਿਹੜਾ ਸਿਲੈਕਟ ਕਮੇਟੀ ਹੋਏਗੀ ਉਹ ਸਿਲੈਕਸ਼ਨ ਕੌਣ ਕਰੇਗਾ? ਉਹਦੇ ਵਿੱਚ ਇੱਕ ਸ਼ਬਦ ਹੈਗਾ ਮਸ਼ਹੂਰ ਕਾਨੂੰਨੀ ਮਾਹਿਰ ਉਸ ਦਾ ਮੈਂਬਰ ਹੋਵੇਗਾ। ਇਹ ਮਸ਼ਹੂਰ ਕਾਨੂੰਨੀ ਮਾਹਿਰ ਦੀ ਡੈਫੀਨੇਸ਼ਨ ਕੀ ਹੈਗੀ ਹੈ ਸਰਕਾਰ ਦੇ ਲਈ, ਔਰ ਖਾਸ ਕਰਕੇ ਉਸ ਸਰਕਾਰ ਦੇ ਲਈ ਜਿਸ 'ਤੇ ਐਡਵੋਕੇਟ ਜਨਰਲ 'ਤੇ ਵੀ ਸਵਾਲ ਉੱਠਦੇ ਹੋਣ, ਜਿਸ 'ਤੇ ਖੁਦ ਦੇ ਐਡਵੋਕੇਟ 'ਤੇ ਸਵਾਲ ਉੱਠਦੇ ਹੋਣ, ਉਹ ਕਿਹੜਾ ਪ੍ਰਖਿਆਤ ਕਾਨੂੰਨੀ ਮਾਹਿਰ ਲੈ ਕੇ ਆਵੇਗੀ? ਦੇਖੋ ਜੀ, ਜਿਹੜਾ ਮਸ਼ਹੂਰ, ਮੈਂ ਇਹਦਾ ਮੈਡੀਕਲ ਟਰਮਸ ਦੇ ਵਿੱਚ ਤੁਹਾਨੂੰ ਐਗਜ਼ਾਮਪਲ ਦਊਂਗਾ। ਡਾਕਟਰ ਸਾਹਿਬ ਬੈਠੇ ਹੈ ਵੀ ਇੱਕ ਡਾਕਟਰ ਹੈ, ਉਹਨੇ ਬੜੇ ਸਕਸੈਸਫੁਲ ਕੇਸ ਕਰ ਲਏ, ਠੀਕ ਹੈ ਜੀ, ਉਹ ਮਸ਼ਹੂਰ ਹੋ ਗਿਆ, ਠੀਕ ਹੈ। ਉਸੇ ਕਾਲਜ ਤੋਂ ਇੱਕ ਹੋਰ ਪੜ੍ਹ ਕੇ ਆਇਆ, ਉਹਦੇ ਇੰਨੇ ਸਕਸੈਸਫੁਲ ਓਪਰੇਸ਼ਨ ਨਹੀਂ ਹੋਏ, ਪਰ ਹੀ ਇਜ਼ ਐਜ਼ ਗੁੱਡ ਐਜ਼ ਹਿਮ, ਫਾਈਨ, ਕਿਉਂਕਿ ਉਹ ਵੀ ਉਸੇ ਕਾਲਜ ਤੋਂ ਡਿਗਰੀ ਲੈ ਕੇ ਆਇਆ। ਬਾਕੀ ਗੱਲ ਇਹ ਹੈ ਵੀ ਇਹਦੇ ਵਿੱਚ AG ਆਫਿਸ ਨੂੰ ਦੀ ਕੋਈ ਮਤਲਬ ਰੋਲ ਨਹੀਂ ਹੈਗਾ। ਮਸ਼ਹੂਰ ਜਿਹੜਾ ਲੀਗਲ ਐਡਵਾਈਜ਼ਰ ਉਹ ਹੋਵੇਗਾ, ਮਤਲਬ ਉਹ ਮੇਰੇ ਹਿਸਾਬ ਨਾਲ ਉਹ ਹੈ ਜਿਹਨੂੰ ਇਹ ਸਾਰੇ ਦੀ ਤੁਹਾਡੇ ਹਿਸਾਬ ਨਾਲ ਸਰਕਾਰ ਦੇ ਹਿਸਾਬ ਨਾਲ ਇਹਦੀ ਇਨਡੈਪਥ ਨੌਲੇਜ ਹੈਗੀ ਹੈ ਵੀ ਉਹਨੂੰ ਪ੍ਰੋਸੀਕਿਊਟ ਅਤੇ ਕੇਸ ਫਾਈਲਿੰਗ ਉਹਨੂੰ ਕਿੱਦਾਂ ਉਹਦੇ 'ਤੇ ਲੀਗਲ ਸ਼ਿਕੰਜਾ ਕੱਸਿਆ ਜਾਵੇ। ਕਲੀਅਰ ਸਾਹਿਬ ਮਸ਼ਹੂਰ ਵੀ ਹੁੰਦਾ ਵਕੀਲਾਂ 'ਚ ਵੀ, ਆ ਮਸ਼ਹੂਰ ਹੈਗਾ, ਇਹਨੂੰ ਆ ਨੌਲੇਜ ਹੈਗੀ, ਇਹਨੂੰ ਜ਼ਿਆਦਾ ਚਾਂਸ ਮਿਲਣਾ ਚਾਹੀਦਾ,
ਇਹ ਮਸ਼ਹੂਰੀ ਦੇ ਨਾਲ ਵੀ ਕੁਝ ਚੀਜ਼ ਜੁੜੀ ਹੁੰਦੀ ਹੈ, ਇਹ ਥੋੜਾ ਲੀਗਲ ਐਸਪੈਕਟ ਅਸੀਂ ਇਹਦਾ ਸਮਝ ਲਈ ਹੋ ਜਾਂਦੀ ਹੁੰਦੀ ਹੈ, ਇਹ ਵੈਸੇ ਥੋੜਾ ਜਿਹਾ ਇਹਨੂੰ ਲਬਾਬਦਾਰ ਬਣਾਉਣ ਲਈ ਹੋ ਸਕਦਾ ਹੈ, ਪਰ ਮੈਨੂੰ ਇਹ ਲੱਗਦਾ ਕਿ ਫਿਰ ਕਿਤੇ ਨਾ ਕਿਤੇ ਸਰਕਾਰ ਨੇ ਇਹਨੂੰ ਇੱਕ ਕੈਦ ਛੱਡ ਲਿਆ ਆਪਣੇ ਬੰਦੇ ਨੂੰ ਉੱਥੇ ਐਡਜਸਟ ਕਰਨ ਦਾ। ਸੋ ਜਿਹੜਾ ਇਹਦਾ ਮਤਲਬ ਹੋਇਆ ਕਿ ਜਿਹੜਾ ਸੀਐਮ ਦੀ ਨਜ਼ਰ 'ਚ ਬਹੁਤ ਮਸ਼ਹੂਰ ਹੋਏਗਾ, ਸੋ ਸੀਐਮ ਦੀ ਨਜ਼ਰ 'ਚ ਕੋਈ ਵੀ ਮਸ਼ਹੂਰ ਹੋ ਸਕਦਾ, ਸੋ ਜੋ ਉਹਨੂੰ ਕੈਬਨਿਟ ਅਪਰੂਵ ਕਰ ਦੂਗੀ ਉਹਨੂੰ ਉੱਥੇ ਮੈਂਬਰ ਲਾ ਦੂ, ਸਰਕਾਰ ਨੇ ਕਿਤੇ ਨਾ ਕਿਤੇ ਚੀਜ਼ ਆਪਣੇ ਹੱਥ 'ਚ ਰੱਖੀ ਆਪਣੇ ਚਹੇਤੇ ਨੂੰ ਉੱਥੇ ਐਡਜਸਟ ਕਰਨ, ਕਿਉਂਕਿ ਇਹਦੇ ਵਿੱਚ ਕਿਉਂਕਿ ਜਿਹੜੇ ਜਿਹੜੇ ਮੈਂਬਰ ਹੈਗੇ ਆ ਇਹਦੇ ਵਿੱਚ ਵਿਧਾਨ ਸਭਾ ਸਪੀਕਰ ਹੈਗੇ, ਓਬਵੀਅਸ ਹੈ ਗੌਰਮੈਂਟ ਦਾ ਬੰਦਾ ਹੈਗਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਾਹਿਬ ਨੇ ਇਸ ਟਾਈਮ ਕਹਿਣ ਦੇ ਲਈ, ਤੇ ਉਹ ਵੀ ਐਡਵੋਕੇਟ ਵੀ ਨੇ ਪੇਸ਼ੇ ਤੋਂ, ਮਸ਼ਹੂਰ ਕਿੰਨੇ ਨੇ ਉਹ ਵੱਖਰੀ ਗੱਲ ਹੈਗੀ ਹੈ, ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਇਹਦੇ ਵਿੱਚ, ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਨੋਮੀਨੇਟ ਕੀਤਾ ਜਾਵੇਗਾ ਇੱਕ ਪ੍ਰਖਿਆਤ ਕਾਨੂੰਨੀ ਮਾਹਿਰ, ਇਹ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਆ ਪ੍ਰਖਿਆਤ ਵਰਡ ਜਿਹੜਾ ਹੈਗਾ ਇਸ ਦੀ ਡੈਫੀਨੇਸ਼ਨ, ਇਸ ਦਾ ਕੀ ਪੈਰਾਮੀਟਰ ਹੁੰਦਾ ਲੋਕਾਂ, ਕਿਉਂਕਿ ਟਰਾਂਸਪੇਰੈਂਸੀ ਲਈ ਲੋਕਾਯੁਕਤ ਲੈ ਕੇ ਆ ਰਹੇ ਨਾ ਅਸੀਂ, ਅਸੀਂ ਕਹਿ ਰਹੇ ਹਾਂ ਵੀ ਸਿਸਟਮ ਟਰਾਂਸਪੇਰੈਂਟ ਹੋਵੇ, ਲੋਕਾਯੁਕਤ ਦੀ ਸਿਲੈਕਸ਼ਨ ਟਰਾਂਸਪੇਰੈਂਟ ਕਿੰਨੀ ਹੋਵੇਗੀ ਇਹਨੂੰ ਕੌਣ ਤੈਅ ਕਰੇਗਾ? ਨਹੀਂ ਪ੍ਰਖਿਆਤ ਤਾਂ ਫਿਰ ਮੈਂ ਗਗਨ ਜੀ ਫਿਰ ਦੁਆਰਾ ਕਹਿ ਦਿਆਂ ਕਿ ਪਹਿਲੀ ਗੱਲ ਤਾਂ ਉਰੇ ਕੋਈ ਸੰਪੂਰਨ ਮਨੁੱਖ ਹੈ ਹੀ ਨਹੀਂ ਕਿਸੇ ਵੀ ਪ੍ਰੋਫੈਸ਼ਨ 'ਚ ਨਹੀਂ ਹੈਗਾ, ਸੋ ਇਹ ਕਿਤੇ ਨਾ ਕਿਤੇ ਸਰਕਾਰ ਨੇ ਜਿਹਨੂੰ ਸਰਕਾਰ ਨੇ ਸਮਝਣਾ, ਹੁਣ ਇਹਦੀ ਤਾਂ ਸਿੰਪਲ ਸਿੰਪਲ ਡੈਫੀਨੇਸ਼ਨ ਇਹੀ ਹੈ ਕਿ ਜਿਹਨੂੰ ਸਰਕਾਰ ਸਮਝੂਗੀ ਕਿ ਇਹ ਮਸ਼ਹੂਰ ਹੈ, ਬਸ ਉਹੀ ਮਸ਼ਹੂਰ ਹੈ ਫਿਰ। ਹੀ ਵਿਲ ਬੀ ਅਨਦਰ ਗਵਰਨਮੈਂਟ ਨੋਮੀਨੀ। ਮੈਂ ਚੌਹਾਨ ਸਾਹਿਬ ਥੋੜਾ ਜਿਹਾ ਆਪਦੀ ਰੀਫਰੇਸ ਕਰਨਾ ਚਾਹੁੰਦਾ, ਕਲੇਅਰ ਸਾਹਿਬ ਵਕੀਲ ਨੇ ਇੱਕ, ਇਹਨਾਂ ਦਾ ਉੱਥੇ ਹਾਈਕੋਰਟ ਦੇ ਵਿੱਚ ਸੀਨੀਅਰ ਲਾਇਰ ਹੁੰਦੇ ਆ, ਉਹ ਆਪਦਾ ਜਦੋਂ ਕੇਸ ਵੀ ਫਾਈਲ ਕਰਦੇ ਸੀਨੀਅਰ ਲਾਇਰ ਲਿਖਦੇ ਆ, ਲਾਈਕਵਾਈਜ਼ਲੀ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਸੀਨੀਅਰ ਲਾਇਰ ਜੂਨੀਅਰ ਲਾਇਰ, ਠੀਕ ਹੈ। ਸੋ ਬੇਸਿਕਲੀ ਇਹ ਤੇ ਕਹਿਣ ਦਾ ਮਤਲਬ ਇਹ ਆ ਕਿ ਸੰਬੜੀ ਹੂ ਇਜ਼ ਕੰਪੀਟੈਂਟ ਇਨਫ। ਮੰਗੜ ਸਾਹਿਬ ਫਿਰ ਸਵਾਲ ਹੋ ਜਾਏਗਾ, ਨਹੀਂ ਮੈਂ ਇੱਕ ਚੀਜ਼ ਇਹ ਐਡ ਕਰ ਰਿਹਾ ਦੇ ਲਈ ਜਿੱਥੇ ਤੱਕ ਮੈਨੂੰ ਥੋੜੀ ਜਿਹੀ ਸਮਝ ਹੈਗੀ, ਬਹੁਤਾ ਜ਼ਿਆਦਾ ਨਹੀਂ ਹੈਗੀ, 25 ਸਾਲ ਦਾ ਸ਼ਾਇਦ ਤਜਰਬਾ ਚਾਹੀਦਾ ਉਹਨਾਂ ਨੂੰ ਸੀਨੀਅਰ ਲਾਇਰ ਵਿੱਚ। ਮੈਂ ਗਗਨ ਜੀ ਇੱਕ ਕਲੈਰੀਫਾਈ ਕਰਦਾ, ਮੰਗੜ ਸਾਹਿਬ ਨੂੰ ਕਲੈਰੀਫਾਈ ਕਰਦੇ ਆ ਕਿ ਅਗਰ ਐਸੀ ਕੋਈ ਗੱਲ ਹੁੰਦੀ ਤਾਂ ਇਹਦੇ ਵਿੱਚ ਲਿਖਿਆ ਹੁੰਦਾ ਕਿ ਹੀ ਸ਼ੈਲ ਬੀ ਅ ਸੀਨੀਅਰ ਡੈਜ਼ਿਗਨੇਟਿਡ ਐਡਵੋਕੇਟ, ਸੋ ਵਿੱਚ ਲਾਈਨ ਨਹੀਂ ਹੈਗੀ। ਸੋ ਕੋਈ ਵੀ ਐਡਵੋਕੇਟ ਔਰ ਉਹਦੇ 'ਚ ਕੋਈ ਐਕਸਪੀਰੀਅੰਸ ਦੀ ਨਹੀਂ, ਇਹਨਾਂ ਨੇ ਕਿਹਾ ਕਿ ਮਸ਼ਹੂਰ ਕਾਨੂੰਨਦਾਨ, ਸੋ ਕਿਸੇ ਨੂੰ ਵੀ ਸਰਕਾਰ ਐਡਜਸਟ ਕਰ ਸਕਦੀ, ਇਹਨਾਂ ਨੇ ਤਾਂ ਈਵਨ ਕਿ ਮੈਂ ਸੀਨੀਅਰ ਡੈਜ਼ਿਗਨੇਟ ਛੱਡੋ, ਇਹਨਾਂ ਨੇ ਤਾਂ ਕੋਈ ਉਹ 'ਚ ਪ੍ਰੈਕਟਿਸ ਕ੍ਰਾਈਟੇਰੀਆ ਵੀ ਨਹੀਂ ਰੱਖਿਆ ਹੈ। ਮੈਂ ਇਹਦੇ 'ਚ ਇਹ ਦੱਸਦਾ, ਜਿਵੇਂ ਕੇਂਦਰ ਸਰਕਾਰ ਨੇ ਜਿਹੜੀ ਇੱਕ ਬਿਊਰੋਕ੍ਰੇਸੀ ਨੂੰ ਚੋਣ ਦੀ ਸਾਡੀ ਪ੍ਰਕਿਰਿਆ ਸੀ ਉਹ ਬੜੀ ਸਟੈਂਡਰਡ ਪ੍ਰਕਿਰਿਆ, ਉਹ ਚੰਗੀ ਹੋ ਸਕਦੀ ਹੈ ਮਾੜੀ ਹੋ ਸਕਦੀ ਹੈ ਉਹ ਵੱਖਰੀ ਗੱਲ ਹੈ, ਫਿਰ ਵੀ ਉਹ ਸਟੈਂਡਰਡ ਹੈ, ਉਹਦੇ ਰਾਹੀਂ ਬਿਊਰੋਕ੍ਰੇਸੀ ਆਉਂਦੀ ਸੀ, ਉਹੀ 77 ਹੁੰਦੀ ਸੀ ਮਹਿਕਮਿਆਂ 'ਚ, ਅੰਡਰ ਸੈਕਟਰੀ ਲੈਵਲ 'ਤੇ ਦੂਜੇ ਪਾਸਿਓਂ ਮੈਂ ਪ੍ਰੋਫੈਸ਼ਨਲ ਬੰਦੇ ਜਿਵੇਂ ਆਪਣੇ ਕੋਲ ਇਹਨਾਂ ਦੇ ਆਉਂਦੇ ਨੇ ਕਾਂਗਰਸੀਆਂ ਦੇ ਵੀ ਇੱਕ ਉਹ ਕੋਈ ਕਿੰਗਰਾ ਸਾਹਿਬ ਉਹ ਵੀ ਦੂਜੇ ਉਸ ਤੋਂ ਗਏ ਹੋਏ ਸੀ, ਪਰ ਹੁਣ ਕੇਂਦਰ ਸਰਕਾਰ ਨੇ ਕਰਤਾ ਵੀ ਅਸੀਂ ਤਾਂ ਪ੍ਰੋਫੈਸ਼ਨਲ ਮਾਹੌਲ ਪੁਰਾਣੇ ਦੇਵਾਂਗੇ, ਉਹ ਦੂਜੇ ਪਾਸੋਂ ਐਂਟਰੀ ਜੁਆਇੰਟ ਸੈਕਟਰੀ ਲੈਵਲ 'ਤੇ ਸ਼ੁਰੂ ਕਰਤੀ, ਮਤਲਬ ਆਪਦੇ ਬੰਦੇ ਬਿਠਾ ਦਿਓ। ਉਹ ਗੱਲ ਮੈਂ ਕਲੇਰ ਸਾਹਿਬ ਦੀ ਨਾਲ ਐਗਰੀ ਕਰਦਾ ਵੀ ਜਿਹੜਾ ਮੁੱਖ ਮੰਤਰੀ ਨੂੰ ਪਸੰਦ ਹੈ ਉਹ ਕਹਿੰਦਾ ਇਹੀ ਪ੍ਰਖਿਆਤ ਹੈ, ਪਹਿਲੀ ਗੱਲ ਤਾਂ ਪ੍ਰਖਿਆਤ ਵਰਡ 'ਤੇ ਸ਼ਬਦ ਦੇ ਉੱਤੇ ਮੇਰਾ ਇਤਰਾਜ਼ ਹੈ ਵੀ ਤੁਸੀਂ ਪੰਜਾਬੀ ਭਾਸ਼ਾ ਦਾ ਇੱਕ ਪਾਸੇ ਕਰ ਰਹੇ ਹੋ, ਪ੍ਰਖਿਆਤ ਤਾਂ ਪੰਜਾਬੀ ਦਾ ਭਾਸ਼ਾ ਦਾ ਪੰਜਾਬੀ, ਠੀਕ ਹੈ, ਮਸ਼ਹੂਰ ਆਪਾਂ ਇਹਨੂੰ ਕਹਿ ਦਈਏ ਮਸ਼ਹੂਰ ਕਾਨੂੰਨ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਕਿੰਨੇ ਵਾਰੀ ਲਿਖਿਆ ਕਿ ਜਦ ਤੁਸੀਂ ਕਿਸੇ ਬਾਡੀ ਦਾ ਕੋਈ ਮੈਂਬਰ ਜਾਂ ਚੋਣ ਕਮੇਟੀ ਦਾ ਮੈਂਬਰ ਬਣਾਉਣਾ ਹੈ ਉਹਦੇ ਵਾਸਤੇ ਤੁਹਾਨੂੰ ਪੈਰਾਮੀਟਰ ਲੇ ਡਾਊਨ ਕਰਨੇ ਨੇ ਇੱਕ ਦੋ ਕਰਕੇ, ਐ ਨਹੀਂ ਕਹਿਣਾ ਵੀ ਮਸ਼ਹੂਰ ਡਾਕਟਰ, ਮਸ਼ਹੂਰ ਇੰਜੀਨੀਅਰ, ਮਸ਼ਹੂਰ ਵਕੀਲ, ਮਸ਼ਹੂਰ ਕਾਨੂੰਨਦਾਨ, ਇਹੋ ਜਿਹਾ ਕੋਈ ਇਹੋ ਜਿਹੀ ਮਸ਼ਹੂਰ ਦੀ ਕੋਈ ਡੈਫੀਨੇਸ਼ਨ ਨਹੀਂ। ਠੀਕ ਡਾਕਟਰ ਕਰਕੇ ਇੱਕ ਛੋਟਾ ਬ੍ਰੇਕ ਲੈ ਰਹੇ, ਬ੍ਰੇਕ ਤੋਂ ਬਾਅਦ ਮੈਂ ਵਾਪਸ ਆ ਰਿਹਾ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਫਿਰ ਇਹ ਸਭ ਕੁਝ ਹੋ ਗਿਆ, ਇਹ ਸਾਰੀ ਬਹਿਸ ਹੋ ਗਈ, ਕੈਪਟਨ ਨੇ ਫਿਰ ਵਾਅਦਾ ਕਿਹੜਾ ਪੂਰਾ ਕੀਤਾ ਹੈ? ਇਹ ਸਵਾਲ ਹਜੇ ਵੀ ਕਾਇਮ ਹੈ, ਇਸ ਸਵਾਲ ਦਾ ਜਵਾਬ ਲਵਾਂਗੇ। ਸਵਾਲ ਇੱਕੋ ਹੈਗਾ ਕਿ ਲੋਕਾਯੁਕਤ ਬਿੱਲ ਦੇ ਨਾਲ ਕੈਪਟਨ ਨੇ ਪੰਜਾਬ ਦੇ ਨਾਲ ਕਿਹੜਾ ਵਾਅਦਾ ਪੂਰਾ ਕੀਤਾ? ਮੰਗੜ ਸਾਹਿਬ, ਹਾਂਜੀ, ਆਖਰੀ ਸੈਗਮੈਂਟ ਆ, ਆਖਰੀ ਹਿੱਸਾ ਹੈ, ਸਾਫ ਸਪਸ਼ਟ, ਕਿਉਂਕਿ ਹੁਣ ਤੱਕ ਦੀ ਬਹਿਸ ਜਿਹੜੀ ਸੀਗੀ ਉਹ ਸਾਰੇ ਇਸ 'ਤੇ ਜਿਹੜਾ ਖਰੜਾ ਸੀਗਾ ਉਸ 'ਤੇ ਅਸੀਂ ਬਹਿਸ ਕੀਤੀ, ਇਸ ਦੇ ਨਾਲ ਵਾਅਦਾ ਕਿਹੜਾ ਪੂਰਾ ਹੋਇਆ? ਦੇਖੋ, ਅਸੀਂ ਆਪਦੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ ਵੀ ਅਸੀਂ ਲੋਕ ਆਯੁਕਤ ਲੈ ਕੇ ਆਵਾਂਗੇ, ਠੀਕ ਹੈ, ਅਤੇ ਕਰਪਸ਼ਨ 'ਤੇ ਨੱਥ ਪਾਉਣ ਦੇ ਜਿੰਨੇ ਸੰਭਵ ਸਾਡੇ ਕੋਲ ਤਰੀਕੇ ਹੋਣਗੇ ਉਹਨਾਂ ਮਜ਼ਬੂਤ ਵਾਲਾ ਲੈ ਕੇ ਆਵਾਂਗੇ, ਮਸ਼ਹੂਰ ਵਾਲਾ ਲੈ ਕੇ ਆਵਾਂਗੇ? ਨਹੀਂ ਜੀ, ਟਰੱਸਟ ਮੀ, ਇਹ ਮਜ਼ਬੂਤ ਹੀ ਹੈ ਜੀ, ਠੀਕ ਹੈ, ਇਹ ਬੜਾ ਮਜ਼ਬੂਤ ਹੈ, ਜਿੱਦਣ ਇਹ ਐਗਜ਼ੀਕਿਊਸ਼ਨ 'ਚ ਆ ਗਿਆ ਅਤੇ ਬਹੁਤ ਲੋਕਾਂ ਨੂੰ ਪਤਾ ਲੱਗ ਜਾਣਾ ਹੈ ਵੀ ਹਾਂ ਆ ਗਿਆ ਤਾਂ, ਜੇ ਅੱਜ ਐਕਟ ਬਿੱਲ ਬਣਾਤਾ ਹੈ ਜੀ, ਰੱਖਾਂਗੇ ਵਿਧਾਨ ਸਭਾ ਦੇ ਵਿੱਚ ਅਤੇ ਪਾਸ ਹੋਊਗਾ ਜੀ, ਅਤੇ ਜਿੱਦਣ ਇਹ ਐਗਜ਼ੀਕਿਊਸ਼ਨ 'ਚ ਆ ਗਿਆ ਅਤੇ ਦੈਨ ਯੂ ਵਿਲ ਗੈਟ ਟੂ ਨੋ ਜੀ, ਫਿਰ ਤੁਸੀਂ ਭਾਵੇਂ ਦੁਬਾਰਾ ਇਸੇ ਟੌਪਿਕ 'ਤੇ ਡਿਬੇਟ ਬਣਾ ਕਰ ਲਿਓ, ਠੀਕ ਹੈ, ਉੱਦਣ ਆਪਣੇ ਕੋਲ ਇਹਦਾ ਕਿੰਨੀ ਪਰਫੋਰਮੈਂਸ ਪੈਰਾਮੀਟਰ ਵੀ ਹੋਣਗੇ ਜੱਜ ਕਰਨ ਦੇ ਵੀ ਪਹਿਲਾਂ ਕੀ ਸੀਗਾ ਅਤੇ ਇਹਦੇ ਆਉਣ ਨਾਲ ਕੀ ਆਇਆ। ਚਲੋ ਠੀਕ, ਹਾਂਜੀ ਠੀਕ ਹੈ, ਤੁਸੀਂ ਵਾਅਦਾ ਕੀਤਾ ਸੀਗਾ, ਮੈਨੀਫੈਸਟੋ 'ਚ ਲਿਖਿਆ ਸੀਗਾ, ਪੂਰਾ ਕਰ ਦਿੱਤਾ ਹੈ। ਹਾਂਜੀ ਸੰਘੇੜਾ ਸਾਹਿਬ, ਇਹ ਵਾਅਦਾ ਪੂਰਾ ਹੋਇਆ ਹੈ
ਤੁਹਾਡਾ ਵਾਲਾ ਜਿਹੜਾ ਦਿੱਲੀ ਵਾਲਾ ਲੋਕਪਾਲ ਸੀਗਾ, ਮੈਂ ਮਾਫੀ ਚਾਹਾਂਗਾ ਮੈਂ ਬਾਰ ਬਾਰ ਉਸ ਸ਼ਬਦ ਦਾ ਇਸਤੇਮਾਲ ਕਰ ਰਿਹਾ ਕਿਉਂਕਿ ਤੁਸੀਂ ਇੱਥੇ ਵਿਰੋਧੀ ਧਿਰ ਵਿੱਚ ਬੈਠੇ ਹੋ, ਇਸ ਕਰਕੇ ਉਹਦਾ ਜ਼ਿਕਰ ਕਰਨਾ ਜ਼ਰੂਰੀ ਹੈ। ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿੱਚ ਹੈ, ਮੁੱਖ ਵਿਰੋਧੀ ਧਿਰ ਦੇ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ। ਇਹ ਹੁਣ ਕੋਈ ਵਾਅਦਾ ਪੂਰਾ ਹੋਇਆ ਜਾਂ ਤੁਹਾਡੇ ਵਾਲਾ ਜਿਹੜਾ ਸੀਗਾ ਲੋਕਪਾਲ ਲੋਕਾਯੁਕਤ ਉਸ ਨੂੰ ਇੱਕ ਨਵੇਂ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰ ਨੇ ਦਿਖਾਤਾ ਵੀ ਕਬਜ਼ਾ ਕਰਨ ਦਾ ਤਰੀਕਾ ਇਹ ਵੀ ਹੋ ਸਕਦਾ ਲੋਕਾਯੁਕਤ? ਦੇਖੋ ਵਾਅਦੇ ਦੀ ਗੱਲ ਆਪਾਂ ਇਹਦੇ ਲੋਕ ਕਰਪਸ਼ਨ ਤੱਕ ਹੀ ਸੀਮਿਤ ਰਹਿਣਾ ਜਾਂ ਓਵਰਆਲ ਵਾਅਦਾ ਪੂਰਾ ਕਰਨ ਦੀ ਗੱਲ? ਇਹ ਜਿਹੜਾ ਵਾਅਦਾ ਸੀਗਾ ਕਿਹੜਾ ਵਾਅਦਾ ਹੋਇਆ ਪੂਰਾ? ਉਹ ਲੋਕਾਯੁਕਤ ਬਣਾਉਣ ਦਾ ਯੁਕਤ ਬਣਾਉਣ ਦਾ ਵਾਅਦਾ ਨਹੀਂ ਸੀ ਇਹਨਾਂ ਨੇ ਕੀਤਾ, ਇਹਨਾਂ ਨੇ ਵਾਅਦਾ ਕੀਤਾ ਸੀ ਸਪੈਸੀਫਿਕ ਕਰਪਸ਼ਨ ਰੋਕਣ ਦਾ। ਮੈਂ ਤਾਂ ਉਹਦੇ ਬਾਰੇ ਪਹਿਲਾਂ ਹੀ ਕਹਿ ਚੁੱਕਾ ਹਾਂ ਵੀ ਇਹ ਜਿਹੜੇ ਕਰਪਸ਼ਨ ਦੇ ਕੇਸ ਖੁੱਲੇ ਵੀ ਆ ਬਿਜ਼ਨਸ ਬਿਊਰੋ ਦੀ ਐਫਰਟਸ ਨਾਲ ਜਾਂ ਹੋਰ, ਉਹਨਾਂ ਦੇ ਵਿੱਚ ਵੀ ਅੱਗੇ ਨਹੀਂ ਵਧੇ ਕਿਉਂਕਿ ਉਹ ਇੰਨੇ ਵੱਡੇ ਸਕੈਂਡਲ ਸੀਗੇ, ਇੱਕ ਇੱਕ ਦੋ ਦੋ ਬੰਦੇ ਫਸ ਗਏ, ਪਰ ਉਹਦੇ ਨਾਲ ਜਿਹੜਾ ਆਲੇ ਦੁਆਲੇ ਲਾਣਾ ਸੀਗਾ ਉੱਧਰ ਤੱਕ ਇਹ ਕਾਰਵਾਈ ਇਹਨਾਂ ਨੇ ਕੀਤੀ ਨਹੀਂ ਹੈ। ਹਾਂਜੀ, ਅਤੇ ਫਿਰ ਰੰਗੇ ਹੱਥੀਂ ਜਿਹੜੇ ਬੰਦੇ ਫੜ ਲਏ ਉਹਨਾਂ ਦੀ ਪ੍ਰਵਾਨਗੀ ਨਹੀਂ ਹੋ ਰਹੀ ਹੈਗੀ, ਸੋ ਕਰਪਸ਼ਨ ਰੋਕਣ ਲਈ ਇਹਨਾਂ ਨੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਇਸ ਵਾਰੀ, ਜ਼ੀਰੋ ਕਾਰਵਾਈ ਹੈ। ਮਹਿਕਮੇ ਨੇ ਆਪਣੇ ਤੌਰ 'ਤੇ ਜੇ ਕਿਸੇ ਨੂੰ ਫੜ ਲਿਆ ਉਹ ਅਲੱਗ ਚੀਜ਼ ਹੈ। ਇਸ ਕਰਕੇ ਸਰਕਾਰ ਕਰਪਸ਼ਨ ਰੋਕਣ 'ਚ ਬੁਰੀ ਤਰ੍ਹਾਂ ਫੇਲ ਹੋਈ ਆ। ਇਹਨਾਂ ਨੇ ਵੀ ਪ੍ਰਚਾਰ ਕੀਤਾ ਸੀ, ਅਸੀਂ ਵੀ ਪ੍ਰਚਾਰ ਕੀਤਾ ਸੀਗਾ ਔਰ ਗੱਲ ਸਹੀ ਵੀ ਆ, ਅਸੀਂ ਅੱਜ ਵੀ ਉਸ ਗੱਲ 'ਤੇ ਖੜੇ ਹਾਂ। 31,000 ਕਰੋੜ ਦਾ ਅਨਾਜ ਘਟਾਲਾ ਸੀਗਾ, ਦੋਨਾਂ ਹੀ ਪਾਰਟੀਆਂ ਨੇ ਵੱਡੇ ਵੱਡੇ ਮੁਜ਼ਾਹਰੇ ਵੀ ਕੀਤੇ ਚੰਡੀਗੜ੍ਹ 'ਚ। ਇਹਨਾਂ ਨੇ ਹੁਣ ਉਹਨੂੰ ਕਹਿਤਾ ਜੀ ਉਹ ਕੈਸ਼ ਕ੍ਰੈਡਿਟ ਲਿਮਿਟ ਵਿੱਚ ਡਿਫਰੈਂਸ ਸੀਗਾ, ਮਨਪ੍ਰੀਤ ਬਾਦਲ ਜੀ ਨੇ ਐਤਕੀ ਬਜਟ 'ਚ ਕਹਿਤਾ। ਔਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਨੇ ਜਾਣ ਤੋਂ ਪਹਿਲਾਂ ਉਹਨੂੰ ਪੰਜਾਬ ਦੇ ਸਿਰ ਲੋਨ ਬਣਾ ਕੇ ਪਾ ਦਿੱਤਾ, ਇਹਨਾਂ ਨੇ ਉਹਨੂੰ ਐਕਸੈਪਟ ਕਰ ਲਿਆ। ਅਤੇ ਉਸ ਤੋਂ ਇਲਾਵਾ ਜਿੰਨੇ ਵੀ ਮਾਫੀਆ ਰਾਜ ਸੀਗੇ ਇਹ ਵੀ ਪ੍ਰਚਾਰ ਕਰਦੇ ਸੀ, ਅਸੀਂ ਵੀ ਕਰਦੇ ਸੀਗੇ, ਉਹ ਸਾਰਾ ਹੀ ਮਾਫੀਆ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਕੋਈ ਠੋਸ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਸਿੰਗਲ ਵਿਅਕਤੀ ਦੱਸ ਦੇਣ ਕਿਸੇ ਨੂੰ ਇਹਨਾਂ ਨੂੰ ਫੜਿਆ ਹੋਵੇ ਜਾਂ ਕੀਤਾ ਹੋਵੇ। ਈਵਨ ਰੇਤਾ ਬਜਰੀ ਦੇ ਕੇਸਾਂ ਵਿੱਚ ਵੀ ਹੋਰ ਵੀ ਇਹਨਾਂ ਦੀ ਆਮਦਨ ਪਹਿਲਾਂ ਨਾਲੋਂ ਵੀ ਘੱਟ ਗਈ ਆ। ਪੰਜਾਬ ਦਾ ਆਰਥਿਕ ਸੰਕਟ, ਇੱਕ ਮਿੰਟ, ਪੰਜਾਬ ਦਾ ਆਰਥਿਕ ਸੰਕਟ ਇੰਨਾ ਡੂੰਘਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਗਠਜੋੜ ਦੀ ਸਰਕਾਰ ਦੇ ਵੇਲੇ ਜਿੰਨਾ ਜਿੰਨਾ ਕਰਜ਼ਾ ਜਿਹੜਾ 5 ਸਾਲ 'ਚ ਵੱਧਦਾ ਸੀ ਇੰਨਾ ਇਹਨਾਂ ਦੇ 3 ਸਾਲ 'ਚ ਵੱਧ ਗਿਆ। ਹਾਂਜੀ, ਅਤੇ ਸਰਕਾਰ ਜਿਹੜਾ ਰੈਵਨਿਊ ਡਿਫਿਸਿਟ ਹੈ ਅਤੇ ਫਿਸਕਲ ਡਿਫਿਸਿਟ ਹੈ ਉਹ ਪਹਿਲਾਂ ਨਾਲੋਂ ਵੀ ਮਾੜੀ ਹਾਲਤ ਹੋ ਗਈ ਆ। ਮੈਂ ਸੰਘੇੜਾ ਸਾਹਿਬ ਨੇ ਇੱਕ ਪੁਆਇੰਟ ਨੂੰ 3 ਵਾਰ ਰੇਸ ਕਰਤਾ ਜੀ, ਉਹ ਘੁਟਾਲਾ ਅੱਗੇ ਨਹੀਂ ਵਧਿਆ। ਮੈਂ ਤੁਹਾਡੇ ਚੈਨਲ ਰਾਹੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਉਹਦੀ ਤਹਿ ਤੱਕ ਜਾਣਾ ਚਾਹ ਰਹੇ ਹਾਂ ਅਤੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਵੀ ਜੇ ਕਿਸੇ 'ਤੇ ਹੱਥ ਪਾਉਣਾ ਆ ਤਾਂ ਕੱਲ੍ਹ ਨੂੰ ਉਹ ਜਿਹੜਾ ਐਵੀਡੈਂਸ ਲੈਕ ਆਫ ਐਵੀਡੈਂਸ ਵੀਕ ਕੇਸ ਹੋਣ ਕਰਕੇ ਉਹ ਕੇਸ ਫਲੈਟ ਨਾ ਹੋ ਜਾਏ। 2022 ਵਿੱਚ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਤਹਿ ਤੱਕ ਪਹੁੰਚੋਗੇ? ਦੇਖੋ ਇੱਦਾਂ ਆ ਚੌਹਾਨ ਸਾਹਿਬ, 2022 ਅਸੀਂ ਬਹੁਤ, ਮੇਰੀ ਗੱਲ ਸੁਣੋ, ਅਸੀਂ ਬਹੁਤ ਕੇਸਾਂ ਦੇ ਵਿੱਚ ਬਹੁਤ ਅੱਗੇ ਦੀ ਅੱਗੇ ਇਨਵੈਸਟੀਗੇਸ਼ਨ ਪਹੁੰਚ ਚੁੱਕੀ ਹੈ। ਕਲੀਅਰ ਸਾਹਿਬ ਨੂੰ ਪੁੱਛ ਲੈਣੇ ਹਾਂ, ਕਲੀਅਰ ਸਾਹਿਬ ਇਹ ਜਿਹੜਾ ਹੈਗਾ ਵਾਅਦਾ ਜਿਹੜਾ ਸੀਗਾ ਕੋਈ ਅਜਿਹਾ ਵਾਅਦਾ ਪ੍ਰੀ ਪੋਲ ਜਾਂ ਪੋਸਟ ਪੋਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਨਹੀਂ ਹੋਇਆ ਸੀ ਜਿਸ ਕਰਕੇ ਉਹ ਤਹਿ ਤੱਕ ਨਹੀਂ ਪਹੁੰਚ ਪਾ ਰਹੇ? ਉਹ ਤਹਿ ਕਿਹੜੀ ਸੀਗੀ ਗਗਨ ਜੀ? ਉਹ ਵਾਅਦਾ ਤਾਂ ਨਹੀਂ ਪੂਰਾ ਹੋਇਆ ਗਗਨ ਜੀ? ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਜਿਹੜੀ ਸਰਕਾਰ ਰਹੀ ਹੈ 10 ਸਾਲ ਉਹਦੇ 'ਚ ਕੋਈ ਘੁਟਾਲਾ ਨਹੀਂ ਸੀ। ਔਰ ਮੈਂ ਸੰਘੇੜਾ ਸਾਹਿਬ ਦੀ ਗੱਲ ਨਾਲ ਵੀ ਐਗਰੀ ਨਹੀਂ ਕਰਦਾ, ਕਹਿ ਰਹੇ ਹਾਂ ਬਹੁਤ ਕੁਛ ਠੀਕ ਹੈ, ਇਹ ਪੋਲੀਟੀਕਲ ਓਪੋਨੈਂਟ ਇਹਨਾਂ ਨੇ ਬੋਲਣਾ ਕੁਛ ਤਾਂ ਬੋਲਣਾ, ਪਰ ਨਾ ਤਾਂ ਉਸ 10 ਸਾਲ ਦੇ ਵਿੱਚ ਕੋਈ ਐਸਾ ਘੁਟਾਲਾ ਹੋਇਆ। ਔਰ ਇਹੀ ਇੱਕ ਗੱਲ ਹੈ ਕਿ ਜਦੋਂ 2017 ਦੇ ਵਿੱਚ ਇੱਕ ਰਿਲੀਜੀਅਸ ਮੁੱਦੇ 'ਤੇ ਇਲੈਕਸ਼ਨ ਸਾਰੀ ਨਿਬੜ ਗਈ ਔਰ ਜੋ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਬਾਰੇ ਕਾਂਗਰਸ ਪਾਰਟੀ ਨੇ ਵੀ ਕੀਤਾ, ਇਹ 3 ਸਾਲ ਲੰਘਣ ਤੋਂ ਬਾਅਦ ਵੀ ਜਦੋਂ ਇਹਨਾਂ ਨੂੰ ਹੁਣ ਕੋਈ ਸਬੂਤ ਉਹਦਾ ਨਹੀਂ ਮਿਲ ਰਿਹਾ ਤਾਂ ਹੁਣ ਉਹਦੇ ਵਿੱਚੋਂ ਬਾਹਰ ਨਿਕਲਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਅਸੀਂ ਤਹਿ ਤੱਕ ਜਾ ਰਹੇ ਹਾਂ ਜਾਂ ਅਸੀਂ ਉਹਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦਾ ਵਿਰੋਧ ਕਰੇਗਾ? ਮੈਂ ਫਿਰ ਦੁਬਾਰਾ ਕਹਿ ਦਿੰਦਾ ਕਿ ਜੋ ਇਹ ਬਿੱਲ ਹੈ ਇਹ ਤਾਂ ਲੋਕਪਾਲ ਜਿਹੜਾ ਮੌਜੂਦਾ ਵਿਰੋਧ ਕਰੋਗੇ? ਬਿਲਕੁਲ, ਜਦੋਂ ਇਹ ਬਿੱਲ ਠੀਕ ਨਹੀਂ ਹੈਗਾ ਇਹਨੂੰ ਡਾਇਲਿਊਟ ਕੀਤਾ ਗਿਆ ਔਰ ਲੋਕਪਾਲ ਜਿਹੜੇ ਹੁਣ ਮੌਜੂਦਾ ਹੈਗੇ ਨੇ, ਮੈਂ ਫਿਰ ਦੁਬਾਰਾ ਜਾਣਕਾਰ ਦੱਸਦਾ ਲੋਕਾਂ ਦੀ ਜਾਣਕਾਰੀ ਲਈ ਕਿ ਉਹ ਸਿਟਿੰਗ ਜੱਜ ਨੇ ਹਾਈਕੋਰਟ ਦੇ ਜਸਟਿਸ ਵਿਨੋਦ ਸ਼ਰਮਾ। ਸੋ ਕੀ ਐਸੀ ਨਵੀਂ ਚੀਜ਼ ਹੈ ਜਿਹੜੀ ਲੋਕ ਆਯੁਕਤ ਬਿੱਲ ਲੈ ਕੇ ਆਏਗਾ ਜਿਹੜੀ ਲੋਕਪਾਲ ਬਿੱਲ ਦੇ ਵਿੱਚ ਨਹੀਂ ਹੈਗੀ? ਜਦੋਂ ਇੱਕ ਸਿਟਿੰਗ ਜੱਜ ਆਲਰੇਡੀ ਹੈਗੇ ਨੇ, ਉਹਨਾਂ ਕੋਲੇ ਪਾਵਰ ਹੈਗੀ ਹੈ, ਦਫ਼ਤਰ ਹੈਗਾ, ਤਾਂ ਉਹਨਾਂ ਨੂੰ ਕਿਉਂ ਨਹੀਂ ਕੰਮ ਕਰਨ ਦੇ ਰਹੇ? ਲਾਸਟ ਕਮੈਂਟ ਡਾਕਟਰ ਗਰਗ, ਕਿਹੜਾ ਵਾਅਦਾ ਪੂਰਾ ਹੁੰਦਾ ਨਜ਼ਰ ਆ ਰਿਹਾ? ਛੋਟੀ ਛੋਟੀ ਗੱਲ ਕਹਾਂਗਾ, ਇੱਕ ਤਾਂ ਵਾਅਦਾ ਬੂਦਾ ਤਾਂ ਕੋਈ ਪੂਰਾ ਨਹੀਂ ਹੁੰਦਾ, ਇਹ ਤਾਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਹੈ। ਅਕਾਲੀਆਂ ਦਾ ਇਹ ਕਹਿਣਾ ਵੀ ਸਾਡੇ ਵੇਲੇ ਕੋਈ, ਉਹ ਜਿਹੜੇ ਇਰੀਗੇਸ਼ਨ ਸਕੈਮ ਆ ਉਦੋਂ ਦਾ ਹੀ ਹੈ, ਜਿਹੜਾ ਮੈਡੀਕਲ ਐਜੂਕੇਸ਼ਨ ਦਾ ਸਕੈਮ ਆ ਉਹ ਵੀ ਉਦੋਂ ਦਾ ਹੀ ਹੈ, ਬਹੁਤ ਸਾਰੇ ਸਕੈਮ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਤੇ ਕਰਪਸ਼ਨ ਨੂੰ ਕਿਉਂਕਿ ਕੋਈ ਵੀ ਹੱਥ ਪਾਉਣ ਨੂੰ ਤਿਆਰ ਨਹੀਂ। ਇੱਕ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕਰੀ ਹੈ ਕਿ ਜੀ ਤੁਸੀਂ ਹੁਣ ਜੱਜ ਸਾਹਿਬ ਦੇ ਉੱਤੇ, ਜੱਜ ਸਾਹਿਬ 'ਤੇ ਓਬਜੈਕਸ਼ਨ ਉਦੋਂ ਹੁੰਦਾ ਵੀ ਜੱਜ ਸਾਹਿਬ ਲੋਕ ਆਯੁਕਤ ਲੱਗ ਗਏ ਅਤੇ ਉਹਨਾਂ ਕੋਲ ਕੇਸ ਆ ਗਿਆ ਤਾਂ ਕੋਈ, ਅਜੇ ਤਾਂ ਕੇਸ ਇੱਥੇ ਚਰਚਾ ਇਹ ਹੋਈ ਆ ਵੀ ਉੱਥੇ ਕੇਸ ਜਾਣਾ ਹੀ ਨਹੀਂ, ਉਹ ਜੱਜ ਸਾਹਿਬ 'ਤੇ ਓਬਜੈਕਸ਼ਨ ਕਿੱਥੋਂ ਹੋ ਗਿਆ? ਸੋ ਅਸੀਂ ਕਿੰਨਾ ਕਿਹੋ ਜਿਹੀ ਅਸੀਂ ਬਹਿਸ 'ਚ ਪੈਂਦੇ ਹਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ, ਦਰਸ਼ਕ
ਕੇਸ ਗੱਲ ਜਾਣ ਰਹੀ ਹੋ ਰਹੀ ਹੈ ਕੇਸ ਜਾਣ ਦੀ, ਉੱਥੇ ਪਹੁੰਚੂਗਾ ਵੀ ਕੇਸ ਕਿ ਨਹੀਂ, ਉਹ ਤਾਂ ਹੀ ਇਨਕੁਆਇਰੀ ਇਸ਼ੂ ਕਰਨਗੇ। ਉਹ ਕੇਸ ਪਹੁੰਚਣ ਤੋਂ ਪਹਿਲਾਂ ਹਰਡਲ ਤੁਸੀਂ ਐਕਸਪਲੇਨ ਕਰੀਏ 2/3, ਇਹ ਕਹਿੰਦੇ ਨੇ ਜੱਜ ਸਾਹਿਬ ਤੇ ਕੁਐਸਚਨ ਰੇਜ਼ ਕਰ ਰਹੇ ਹੋ। ਇਹ ਦਿੱਲੀ ਸਰਕਾਰ ਦਾ ਵੀ, ਇਹਨਾਂ ਦਾ ਵੀ, ਸਾਰਿਆਂ ਦਾ, ਦਿੱਲੀ ਮੀਨਸ ਸੈਂਟਰ ਦੀ ਸਰਕਾਰ, ਇਹਨਾਂ ਸਾਰਿਆਂ ਦਾ ਇੱਕੋ ਜਿਹਾ ਤਰੀਕਾ ਹੋ ਗਿਆ ਵੀ ਇੱਕ ਦੂਜੇ ਨੂੰ ਅਪਮੈਨਸ਼ਿਪ ਦਿਖਾਈ ਜਾਓ। ਅਤੇ ਜਿਹੜਾ ਮੁਲਕ ਦਾ ਅਤੇ ਪੰਜਾਬ ਦੇ ਸੂਬੇ ਦਾ ਭੱਠਾ ਜੋ ਬੈਠ ਰਿਹਾ, ਇੱਕ ਛੋਟੀ ਜਿਹੀ ਜਿਵੇਂ ਇਹ ਕਹਿੰਦੇ ਨਾ ਦੇਖਦੇ ਜਾਓ, ਅਸੀਂ ਪੱਕੇ ਪੈਰੀਂ, ਇਹਨਾਂ ਨੇ STF ਨਸ਼ਿਆਂ 'ਤੇ ਵੀ ਇਹੀ ਕਿਹਾ ਸੀ। ਹਰ ਵਾਰੀ ਮੈਂ, ਮੇਰੇ ਕੰਨ ਪੱਕ ਗਏ ਸੁਣ ਕੇ ਟੀਵੀਆਂ 'ਤੇ ਬਹਿਸ ਦੇ ਵਿੱਚ ਸ਼ਾਮਲ ਹੋ ਕੇ, ਅਸੀਂ ਜੀ ਪੱਕੇ ਪੈਰੀਂ ਹੱਥ ਪਾਵਾਂਗੇ, ਅਜੇ ਤੱਕ ਤਾਂ ਪੱਕੇ ਪੈਰ ਹੋਏ ਨਹੀਂ। ਇੱਦਾਂ ਹੀ ਉਹ ਬਰਕਾਲੀ ਵਾਲੇ ਕਾਂਡ ਦੇ ਉੱਤੇ, ਅਸੀਂ ਜੀ ਪੱਕੇ ਪੈਰੀਂ ਹੱਥ ਪਾਵਾਂਗੇ, ਅਜੇ ਤੱਕ ਤਾਂ ਪੈਰ ਇਹਨਾਂ ਦੇ ਪੱਕੇ ਨਹੀਂ ਹੋਏ। ਉਹ ਜਿਹੜੇ ਪੁਰਾਣੇ 3 ਸਾਲ ਤੋਂ ਚੱਲਦੇ ਨੇ, ਉਹ ਤਾਂ ਪੈਰ ਪੱਕੇ ਨਹੀਂ ਹੋਏ, ਆ ਨਵੇਂ ਵਾਲੇ ਕਿੱਥੋਂ ਹੋ ਜਾਣਗੇ? ਬਹੁਤ ਬਹੁਤ ਸ਼ੁਕਰੀਆ ਡਾਕਟਰ ਗਰਗ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੰਗਣ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੰਗੜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੰਗੜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੰਗੀਤ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਚਰਚਾ ਵਿੱਚ ਸ਼ਾਮਿਲ ਹੋਣ ਦੇ ਲਈ, ਸੋ ਬਹਿਸ ਜਿਹੜੀ ਹੈ, ਜਿਸ ਸਵਾਲ ਤੋਂ ਸ਼ੁਰੂ ਹੋਈ ਸੀ, ਉਸੇ ਸਵਾਲ 'ਤੇ ਖੜੀ ਹੈ। ਵਾਅਦਾ ਸਿਰਫ ਮੈਨੀਫੈਸਟੋ ਵਿੱਚ ਲਿਖਿਆ ਸੀਗਾ, ਇਸ ਕਰਕੇ ਲੋਕਾਯੁਕਤ ਆ ਚੁੱਕਾ ਹੈ। ਇਹ ਲੋਕਾਯੁਕਤ ਕੰਮ ਨਾ ਕਰੇ, ਇਸ ਲਈ ਇਸ ਲੋਕਾਯੁਕਤ ਦੀ ਕਮਾਨ ਜਿਹੜੀ ਹੈਗੀ, ਉਹ ਪਪਿਟ ਵਾਂਗ ਜਿਹੜਾ ਹੈਗਾ ਸਰਕਾਰ ਨੇ ਆਪਣੇ ਹੱਥਾਂ 'ਚ ਰੱਖੀ ਹੋਈ ਹੈ। ਸਰਕਾਰ ਨਹੀਂ, ਸਿਆਸਤ ਨੇ ਆਪਣੇ ਹੱਥਾਂ 'ਚ ਰੱਖੀ ਹੋਈ ਹੈ। ਕਿਹੜੇ ਹੱਥ ਮਿਲਾਏ ਗਏ ਨੇ, ਕਿਹੜੇ ਵਾਅਦੇ ਕਿਸ ਨਾਲ ਸਿਆਸੀ ਕੀਤੇ ਗਏ ਸੀਗੇ, ਉਹ ਆਪਣੇ ਆਪ ਵਿੱਚ ਲੋਕ ਬਹੁਤ ਜ਼ਿਆਦਾ ਸਿਆਣੇ ਨੇ, ਆਪ ਸਮਝ ਸਕਦੇ ਨੇ ਕੀ ਕੁਝ ਹੋਇਆ ਪਰਦੇ ਦੇ ਪਿੱਛੇ, ਜੋ ਇਸ ਤਰੀਕੇ ਦਾ ਲੋਕਾਯੁਕਤ ਬਣਾਇਆ ਗਿਆ, ਜਿਹੜਾ ਦੇਖਣ ਨੂੰ ਲੋਕਾਯੁਕਤ ਲੱਗੇਗਾ ਪਰ ਅਸਲ ਵਿੱਚ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਕਮਜ਼ੋਰ ਲੋਕਾਯੁਕਤ ਹੋਏਗਾ। ਅਜੇ ਟੂ ਦਾ ਪੁਆਇੰਟ ਵਿੱਚ ਇਹਨਾਂ ਇਜਾਜ਼ਤ ਦਿਓ, ਧੰਨਵਾਦ।